ਚਲੋ ਅੱਗੇ ਚਲੀਏ ਜੀ ਸਾਈਕੈਟ੍ਰਿਕ ਡਿਸਆਰਡਰਸ ਇਨ ਚਿਲਡਰਨ ਐਂਡ ਐਡੋਲੈਸੈਂਟਸ ਅਲੱਗ ਨਹੀਂ ਕਰਾਂਗੇ ਡਿਸਕਸ ਡਿਸਲੈਕਸੀਆ ਸੁਣਿਆ ਹੋਣਾ ਕਿੱਥੇ ਸੁਣਿਆ ਸੀ ਹੈ ਪੜ੍ਹਦੇ ਸੀ ਅੱਛਾ ਮੈਂ ਤਾਂ ਕੁਛ ਹੋਰ ਐਕਸਪੈਕਟ ਕਰ ਰਿਹਾ ਸੀ ਤਾਰੇ ਜ਼ਮੀਨ ਪਰ ਨਹੀਂ ਸੁਣਿਆ ਸੀ ਸੀਰੀਅਸ ਡਿਲੇ ਇਨ ਲਰਨਿੰਗ ਜਿਹਦੇ ਨਾਲ ਕੀ ਹੁੰਦਾ ਓਮਿਸ਼ਨਸ ਵਿੱਚੋਂ ਵਰਡਸ ਕੱਟਦੇ ਨੇ ਡਿਸਟੋਰਸ਼ਨਸ ਵਰਡ ਜਿਹੜੇ ਉਹਨਾਂ ਨੂੰ ਚੇਂਜ ਕਰਕੇ ਡਿਸਟੋਰਟ ਕਰਕੇ ਉਹਨਾਂ ਨੂੰ ਉਹਦੀ ਸ਼ੇਪ ਉਹਨਾਂ ਦੇ ਚੇਂਜ ਕਰਕੇ ਫਿਰ ਬਣਾਉਣਾ ਸਬਸਟੀਟਿਊਸ਼ਨਸ ਕਿ ਵਰਡਸ ਦੇ ਵਿੱਚ ਕੁਛ ਹੋਰ ਐਲਫਾਬੈਟਸ ਵਰਡਸ ਵਿੱਚ ਪਾ ਦੇਣਾ ਹੈਜੀਟੇਸ਼ਨਸ ਕਿ ਰੁਕ ਰੁਕ ਕੇ ਸੋਚ ਸੋਚ ਕੇ ਬੋਲਣਾ ਰਿਵਰਸਲ ਆਰਡਰ ਰਿਵਰਸ ਕਰ ਦੇਣਾ ਉਸ ਵਰਡ ਦਾ ਸਿੰਪਲੀ ਸਲੋ ਰੀਡਿੰਗ ਰਾਈਟਿੰਗ ਐਂਡ ਸਪੈਲਿੰਗਸ ਆਰ ਆਲਸੋ ਇੰਪੇਅਰਡ ਦਿਸ ਇਜ਼ ਡਿਸਲੈਕਸੀਆ ਡਿਸਕੈਲਕੁਲੀਆ ਕਿ ਅਰਥਮੈਟਿਕ ਜਿਹੜੀ ਹੈ ਉਹ ਡਿਸਟਰਬੈਂਸ ਹੈ ਸਰ ਸਪੈਸੀਫਿਕ ਅਰਥਮੈਟਿਕ ਡਿਸਆਰਡਰ ਜੇ ਸਿਰਫ ਬਾਕੀ ਸਾਰੇ ਸਬਜੈਕਟਸ ਵਿੱਚ ਸੀ ਠੀਕ ਹੈ ਸਿਰਫ ਮੈਥਮੈਟਿਕਸ ਦੇ ਵਿੱਚ ਉਹਦੇ 'ਚ ਪ੍ਰੋਬਲਮ ਹੈ ਪੜ੍ਹਨ ਵਿੱਚ ਡਿਸਫੇਜ਼ੀਆ ਬੋਲਣ ਦੇ ਵਿੱਚ ਸਪੀਚ ਐਂਡ ਲੈਂਗੁਏਜ ਦੇ ਵਿੱਚ ਡਿਸਟਰਬੈਂਸ ਔਟਿਜ਼ਮ ਔਟਿਜ਼ਮ ਸੁਣਿਆ ਕੀ ਹੁੰਦਾ ਔਟਿਜ਼ਮ ਇੰਪੇਅਰਡ ਕਮਿਊਨੀਕੇਸ਼ਨ ਇਹ ਤਾਂ ਇੱਕ ਸਿਮਟਮ ਹੋ ਗਿਆ ਹੋਰ ਆਈਸੋਲੇਟਿਡ ਚਾਈਲਡ ਹੋਰ ਇਨਵਾਇਰਮੈਂਟ ਦਾ ਕੁਛ ਨਹੀਂ ਪਤਾ ਆਲੇ ਦੁਆਲੇ ਕੀ ਹੁੰਦਾ ਪਿਆ ਕੋਈ ਰਿਸਕ ਦਾ ਨਹੀਂ ਪਤਾ ਕਿ ਆਸੇ ਪਾਸੇ ਪਾਣੀ ਹੈ ਆਸੇ ਪਾਸੇ ਅੱਗ ਲੱਗੀ ਹੋਈ ਹੈ ਧੁੱਪ 'ਚ ਬੈਠਾ ਹੈ ਜਾਂ ਛਾਂ 'ਚ ਬੈਠਾ ਹੈ ਠੰਡ 'ਚ ਬੈਠਾ ਹੈ ਗਰਮੀ 'ਚ ਬੈਠਾ ਕੁਛ ਨਹੀਂ ਪਹਿਲੇ ਪਹਿਲੇ ਕਿਹਾ ਜਾਂਦਾ ਸੀ ਕਿ ਘਰ ਦੇ ਵਿੱਚ ਨਾ ਸਾਡੇ ਸਾਧੂ ਪੈਦਾ ਹੋ ਗਿਆ ਸਾਧ ਪੈਦਾ ਹੋ ਗਿਆ ਕਿ ਜਿਹਨੂੰ ਕੋਈ ਇਮੋਸ਼ਨਸ ਨਹੀਂ ਕੁਛ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਉਹਨੂੰ ਰੋਟੀ ਦੁੱਧ ਕੁਛ ਦੇ ਦਿੱਤਾ ਠੀਕ ਹੈ ਨਹੀਂ ਦਿੱਤਾ ਤਾਂ ਵੀ ਕੋਈ ਗੱਲ ਨਹੀਂ ਉਹਨੇ ਰੋ ਕੇ ਮੰਗਣਾ ਨਹੀਂ ਉਹਨੂੰ ਖੇਲਣ ਲਈ ਟੁੱਟੇ ਹੋਏ ਟੋਇਜ਼ ਦੇ ਦਿੱਤੇ ਤਾਂ ਵੀ ਉਹਨੇ ਉਹਦੇ ਨਾਲ ਹੀ ਲੱਗੇ ਰਹਿਣਾ ਅਲੱਗ ਹੋ ਕੇ ਬੈਠੇ ਰਹਿਣਾ ਅਲੱਗ ਆਪਣਾ ਮਸਤ ਹੋ ਕੇ ਬੈਠੇ ਰਹਿਣਾ ਇਸ ਕਰਕੇ ਕਹਿੰਦੇ ਸੀ ਕਿ ਸਾਧ ਪੈਦਾ ਹੋ ਗਿਆ ਸਾਡੇ ਕਿਉਂਕਿ ਰੋਣਾ ਹੀ ਨਹੀਂ ਬੱਚੇ ਨੇ ਕੋਈ ਡਿਮਾਂਡ ਹੀ ਨਹੀਂ ਕਿਸੇ ਤਰ੍ਹਾਂ ਦੀ ਕਿਸੇ ਨਾਲ ਕੋਈ ਇਮੋਸ਼ਨਲ ਅਟੈਚਮੈਂਟ ਨਹੀਂ ਇਹਨਾਂ ਬੱਚਿਆਂ ਨੂੰ ਕਹਿੰਦੇ ਅਸੀਂ ਔਟਿਸਟਿਕ ਚਿਲਡਰਨ ਔਟਿਜ਼ਮ ਬਹੁਤ ਈਜ਼ੀ ਵੀ ਹੁੰਦਾ ਡਾਇਗਨੋਸ ਕਰਨਾ ਤਾਂ ਬਹੁਤ ਮੁਸ਼ਕਲ ਵੀ ਹੁੰਦਾ ਕਈ ਵਾਰੀ ਜੇ ਤਾਂ ਜਿਹੜੇ ਮੈਂ ਫੀਚਰ ਦੱਸੇ ਜੇ ਤਾਂ ਸਾਹਮਣੇ ਬਿਲਕੁਲ ਆ ਹੀ ਜਾਣ ਤਾਂ ਫਟਾਫਟ ਡਾਇਗਨੋਸ ਹੋ ਜਾਂਦਾ ਨਹੀਂ ਤਾਂ ਅਦਰਵਾਈਜ਼ ਕਈ ਕਈ ਸਾਲ ਤੱਕ ਡਾਇਗਨੋਸਿਸ ਨਹੀਂ ਹੁੰਦਾ ਐਬਸੈਂਟ ਸੋਸ਼ਲ ਸਮਾਈਲ ਜਿਹੜੀ ਸੋਸ਼ਲ ਸਮਾਈਲ ਦੀ ਅਸੀਂ ਗੱਲ ਕਰ ਰਹੇ ਸੀ ਉਹ ਐਬਸੈਂਟ ਹੁੰਦੀ ਹੈ ਆਈ ਟੂ ਆਈ ਕੰਟੈਕਟ ਨਹੀਂ ਬਣਾਉਂਦਾ ਬੱਚਾ ਆਸ ਪਾਸ ਦੇ ਵਿੱਚ ਐਗਜ਼ਿਸਟੈਂਸ ਦਾ ਆਸ ਪਾਸ ਦੇ ਇਨਵਾਇਰਮੈਂਟ ਦਾ ਆਸ ਪਾਸ ਦੇ ਲੋਕਾਂ ਦਾ ਕਿਸੇ ਦਾ ਕੁਛ ਨਹੀਂ ਪਤਾ ਕੋਈ ਅਟੈਚਮੈਂਟ ਨਹੀਂ ਕੋਈ ਸੈਪਰੇਸ਼ਨ ਐਂਗਜ਼ਾਇਟੀ ਨਹੀਂ ਪ੍ਰੈਜੈਂਸ ਆਫ ਫੀਅਰ ਦਾ ਕੋਈ ਕਿਸੇ ਦਾ ਕੋਈ ਡੇਂਜਰ ਦਾ ਕੋਈ ਫੀਅਰ ਨਹੀਂ ਡਰ ਨਹੀਂ ਕਿਸੇ ਤਰ੍ਹਾਂ ਦਾ ਸੋਸ਼ਲ ਪਲੇ ਨਹੀਂ ਕਿਸੇ ਨਾਲ ਕੋਈ ਖੇਲਣਾ ਖੁੱਲਣਾ ਅਲੱਗ ਹੋ ਕੇ ਲੱਗੇ ਰਹਿਣਾ ਈਡੀਅਟ ਸੈਵੈਂਟ ਸਿੰਡਰੋਮ ਕਈ ਵਾਰੀ ਜਿਹੜੇ ਔਟਿਸਟਿਕ ਚਿਲਡਰਨ ਹੁੰਦੇ ਆ ਔਟਿਜ਼ਮ ਵਾਲੇ ਬੱਚੇ ਹੁੰਦੇ ਆ ਉਹਨਾਂ ਵਿੱਚ ਕੋਈ ਇੱਕ ਸਪੈਸ਼ਲ ਕੁਆਲਿਟੀ ਹੁੰਦੀ ਹੈ ਕੋਈ ਬਹੁਤ ਵਧੀਆ ਪੇਂਟਰਸ ਬਣ ਜਾਂਦੇ ਆ ਕੋਈ ਬਹੁਤ ਵਧੀਆ ਮਿਊਜ਼ੀਸ਼ੀਅਨਸ ਬਣਦੇ ਆ ਇਸ ਤਰ੍ਹਾਂ ਦੇ ਵੀ ਹੁੰਦੇ ਆ ਔਟਿਸਟਿਕ ਚਿਲਡਰਨ ਔਰ ਕਈਆਂ ਦੇ ਵਿੱਚ ਮੈਮਰੀ ਜਿਹੜੀ ਹੈ ਬਹੁਤ ਸ਼ਾਰਪ ਹੁੰਦੀ ਹੈ ਕੈਲਕੂਲੇਸ਼ਨਸ ਬਹੁਤ ਸ਼ਾਰਪ ਹੁੰਦੀ ਹੈ ਕੋਈ ਇੱਕ ਇਸ ਤਰ੍ਹਾਂ ਦਾ ਕਰੈਕਟਰ ਜਿਹੜਾ ਆਮ ਤੌਰ 'ਤੇ ਅਸੀਂ ਇਹਨਾਂ ਵਿੱਚ ਕੋਸ਼ਿਸ਼ ਹੀ ਨਹੀਂ ਕਰਦੇ ਲੱਭਣ ਦੀ ਪਰ ਆਮ ਤੌਰ 'ਤੇ ਇਹਨਾਂ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਇੱਦਾਂ ਦਾ ਕਰੈਕਟਰ ਜ਼ਰੂਰ ਨਿਕਲਿਆ ਅਟੈਂਸ਼ਨ ਡੈਫੀਸਿਟ ਐਂਡ ਹਾਈਪਰ ਕਨੈਟਿਕ ਡਿਸਆਰਡਰ ADHD ਬਹੁਤ ਕਾਮਨ ਹੈ ਬਹੁਤ ਕਾਮਨ ਡਿਸਆਰਡਰ ਹੈ ਠੀਕ ਹੋਣ ਵਾਲਾ ਡਿਸਆਰਡਰ ਹੈ ਪਰ ਆਮ ਤੌਰ 'ਤੇ ਅਸੀਂ ਇਸ ਚੀਜ਼ ਬਾਰੇ ਖਿਆਲ ਨਹੀਂ ਕਰਦੇ ਦੋ ਡਿਸਆਰਡਰਸ ਦਾ ਕੋਂਬੀਨੇਸ਼ਨ ਹੈ ਅਟੈਂਸ਼ਨ ਡੈਫੀਸਿਟ ਕਿ ਅਟੈਂਸ਼ਨ ਨਹੀਂ ਹੈ ਬੱਚੇ ਦੀ ਕਿਸੇ ਵੀ ਕੰਮ ਦੇ ਵਿੱਚ ਸਿਰਫ ਪੜ੍ਹਾਈ ਵਿੱਚ ਨਹੀਂ ਆਮ ਤੌਰ 'ਤੇ ਪੇਰੈਂਟਸ ਆਉਂਦੇ ਜੀ ਪੜ੍ਹਦਾ ਨਹੀਂ ਹੈ ਬੱਚਾ ਸਾਡਾ ਪੜ੍ਹਾਈ 'ਚ ਧਿਆਨ ਨਹੀਂ ਦਿੰਦਾ ਸਿਰਫ ਪੜ੍ਹਾਈ ਵਿੱਚ ਧਿਆਨ ਨਾ ਦੇਣਾ ADHD ਨਹੀਂ ਹੈ ਕਿਸੇ ਵੀ ਚੀਜ਼ ਵਿੱਚ ਧਿਆਨ ਨਹੀਂ ਦੇਣਾ ਕਿ ਘਰ ਵਿੱਚ ਬੈਠਾ ਤਾਂ TV ਵਿੱਚ ਵੀ ਧਿਆਨ ਨਹੀਂ ਹੈ ਕੋਈ ਉਹਨੂੰ ਕੰਮ ਦਿੱਤਾ ਕਰਨ ਵਾਸਤੇ ਕੋਈ ਰੋਟੀ ਖਾਣ ਲਈ ਦਿੱਤੀ ਹੈ ਕੁਛ ਗੇਮ ਖੇਡ ਰਿਹਾ ਉਹਦੇ ਵਿੱਚ ਵੀ ਧਿਆਨ ਨਹੀਂ ਹੈ ਅਟੈਂਸ਼ਨ ਹੀ ਨਹੀਂ ਹੈ ਬੱਚੇ ਦੀ ਹਾਈਪਰ ਕਾਇਨੈਟਿਕ ਹਾਈਪਰ ਐਕਟਿਵ ਐਕਟਿਵ ਐਕਟੀਵਿਟੀ ਇੰਨੀ ਜ਼ਿਆਦਾ ਕਿ ਇੱਕ ਜਗ੍ਹਾ ਟਿੱਕ ਕੇ ਬੈਠਣਾ ਹੀ ਨਹੀਂ ਜਦੋਂ ਤੁਹਾਡੇ ਕੋਲ ਪੇਸ਼ੈਂਟ ਬੱਚੇ ਨੂੰ ਲੈ ਕੇ ਆਉਂਦੇ ਆ ਤੁਹਾਨੂੰ ਉਹਦੇ ਦੇਖ ਕੇ ਪਤਾ ਲੱਗਣਾ ਸ਼ੁਰੂ ਕਿ ਉਹਨੇ ਬੈਠਣਾ ਹੀ ਨਹੀਂ ਟਿੱਕ ਕੇ ਇੱਕ ਜਗ੍ਹਾ ਟੇਬਲ 'ਤੇ ਬੈਠਾ ਇੱਧਰ ਹੋ ਗਿਆ ਇੱਧਰ ਹੋ ਗਿਆ ਕੋਈ ਚੀਜ਼ਾਂ ਨਾਲ ਛੇੜਖਾਨੀ ਕਰੀ ਜਾ ਰਿਹਾ ਹੈ ਕਲਾਸ 'ਚ ਬੈਠਾ ਕਲਾਸ 'ਚ ਸ਼ਿਕਾਇਤਾਂ ਇਹ ਆਉਂਦੀਆਂ ਕਿ ਜੀ ਇਹ ਕਲਾਸ 'ਚ ਬੱਚਿਆਂ ਨਾਲ ਛੇੜਖਾਨੀ ਕਰਦਾ ਰਹਿੰਦਾ ਬੱਚਿਆਂ ਨੂੰ ਤੰਗ ਕਰਦਾ ਰਹਿੰਦਾ ਇੰਪਲਸਿਵਿਟੀ ਨਾਲ ਤੀਸਰੀ ਚੀਜ਼ ਜਿਹੜੀ ਇਹਦੇ 'ਚ ਐਡ ਹੁੰਦੀ ਹੈ ਕਿ ਬਿਨਾਂ ਕਾਰਨ ਤੋਂ ਇੱਕਦਮ ਗੁੱਸੇ 'ਚ ਤੈਸ਼ 'ਚ ਆ ਜਾਣਾ ਇੰਪਲਸਿਵ ਹੈ ਬਹੁਤ ਜ਼ਿਆਦਾ ਅਟੈਂਸ਼ਨ ਨਹੀਂ ਹੈ ਇਸ ਕਰਕੇ ਪੇਰੈਂਟਸ ਦੀ ਟੀਚਰਸ ਦੀ ਬਹੁਤ ਜ਼ਿਆਦਾ ਕੰਪਲੇਂਟ ਇਹ ਹੁੰਦੀ ਹੈ ਕਿ ਇੱਕ ਤਾਂ ਪੜ੍ਹਾਈ 'ਚ ਨਹੀਂ ਧਿਆਨ ਦਿੰਦਾ ਪੜ੍ਹਦਾ ਨਹੀਂ ਹੈ ਹੋਮਵਰਕ ਨਹੀਂ ਆਪਣਾ ਠੀਕ ਤਰ੍ਹਾਂ ਜੇ ਕੀਤਾ ਹੁੰਦਾ ਤਾਂ ਉਹਦੇ 'ਚ ਗਲਤੀਆਂ ਬਹੁਤ ਜ਼ਿਆਦਾ ਹੁੰਦੀਆਂ
ਫਿਰ ਆਪਣੀਆਂ ਚੀਜ਼ਾਂ ਗੁਮਾ ਕੇ ਆ ਜਾਣਾ ਕਿਉਂਕਿ ਅਟੈਂਸ਼ਨ ਨਹੀਂ ਦੇ ਪਾ ਰਿਹਾ ਕਿਸੇ ਚੀਜ਼ 'ਚ, ਪੈਨਸਿਲ, ਰਬੜ, ਸ਼ਾਰਪਨਰ, ਪੈਨਸਿਲ ਬਾਕਸ, ਸਾਰੀਆਂ ਚੀਜ਼ਾਂ ਉਹ ਬੜਾ ਫਰੀਕੁਐਂਟਲੀ ਗੁਮਾ ਕੇ ਆਉਂਦਾ। ਔਰ ਘਰ ਵਿੱਚ ਵੀ ਇਸੇ ਤਰ੍ਹਾਂ, ਸਿਰਫ ਇੱਕ ਸਿਚੁਏਸ਼ਨ ਵਿੱਚ ਇਹ ਸਾਰੀਆਂ ਚੀਜ਼ਾਂ ਤੋਂ ਅਸੀਂ ਉਹਨੂੰ ADHD ਨਹੀਂ ਕਹਿੰਦੇ, ਸਾਰੀਆਂ ਹੀ ਸਿਚੁਏਸ਼ਨਸ ਦੇ ਵਿੱਚ ਇਸ ਤਰ੍ਹਾਂ ਰਹਿਣਾ ਚਾਹੀਦਾ। ਠੀਕ, ਕੰਡਕਟ ਡਿਸਆਰਡਰ, ਕੰਡਕਟ ਡਿਸਆਰਡਰ ਉਹ ਬੱਚਿਆਂ ਦੇ ਵਿੱਚ ਹੁੰਦਾ ਕਿ ਜਿਨ੍ਹਾਂ ਨੂੰ ਅਸੀਂ ਕਹਿੰਦੇ ਕਿ ਕੋਈ ਉਹਨਾਂ ਨੇ ਕ੍ਰਿਮੀਨਲ ਐਕਟੀਵਿਟੀ 'ਚ ਇੰਡਲਜ ਹੋ ਜਾਂਦੇ ਕਿ ਆਪਣੇ ਆਪਣੇ ਕੋਲ ਫਾਇਰ ਆਰਮਸ ਰੱਖਣਾ, ਆਪਣੇ ਕੋਲ ਚਾਕੂ ਰੱਖਣਾ, ਕਿਸੇ ਨੂੰ ਸੱਟ ਮਾਰ ਦੇਣੀ ਬਹੁਤ ਬੁਰੀ ਤਰ੍ਹਾਂ ਨਾਲ, ਜਾਨਵਰਾਂ ਨੂੰ ਐਵੇਂ ਮਾਰੀ ਜਾਣਾ, ਆਪਣੇ ਨਾਲ ਦੇ ਬੱਚਿਆਂ ਨਾਲ ਲੜਾਈ ਝਗੜਾ ਬਹੁਤ ਕਰਨਾ, ਚੋਰੀ ਕਰਨੀ, ਡਾਕਾ ਮਾਰਨਾ, ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੇ ਬੱਚੇ ਕਰਦੇ ਆ ਉਹਨਾਂ ਨੂੰ ਅਸੀਂ ਕਹਿੰਦੇ ਕੰਡਕਟ ਡਿਸਆਰਡਰ ਦੇ ਕੇਸ। ਚੋਰੀ ਅਤੇ ਡਾਕੇ 'ਚ ਫਰਕ ਕੀ ਹੁੰਦਾ? ਹੁੰਦਾ ਫਰਕ, ਇੱਕੋ ਹੀ ਚੀਜ਼ ਹੈ। ਬਿਲਕੁਲ ਇਹੀ ਫਰਕ ਹੈ, ਚੋਰੀ ਲੁੱਕੇ ਹੁੰਦੀ ਹੈ, ਡਾਕਾ ਸਾਹਮਣੇ ਸਾਹਮਣੇ ਹੁੰਦਾ। ਔਰ ਜ਼ਿਆਦਾ ਡੇਂਜਰਸ ਕਿਹੜੀ ਚੀਜ਼ ਮੰਨੀ ਜਾਂਦੀ ਹੈ? ਡਾਕਾ। ਠੀਕ ਹੈ, ਚੋਰੀ ਤਾਂ ਲੁੱਕੇ ਕੀਤੀ ਹੈ, ਡਾਕਾ ਤਾਂ ਸਾਹਮਣੇ ਜਾ ਕੇ ਧਮਕਾ ਕੇ ਫਿਰ ਕੀਤਾ। ਠੀਕ, ਰੋਬਰੀ ਦਾ ਇੱਕ ਵੀ ਇੰਸੀਡੈਂਸ ਆ ਜਾਵੇ ਕਿਸੇ ਬੱਚੇ ਦੇ ਵਿੱਚ ਤਾਂ ਉਹਨੂੰ ਅਸੀਂ ਕਹਿੰਦੇ ਕਿ ਇਹ ਕੰਡਕਟ ਡਿਸਆਰਡਰ ਦਾ ਕੇਸ ਹੈ। ਚੋਰੀ ਦੇ ਥੋੜ੍ਹੇ ਬਹੁਤ ਇੰਸੀਡੈਂਟਸ, ਥੋੜ੍ਹੇ ਜਿਹੇ ਇੰਸੀਡੈਂਟਸ ਆ ਜਾਣ ਫਿਰ। ਸੈਪਰੇਸ਼ਨ ਐਂਗਜ਼ਾਇਟੀ ਡਿਸਆਰਡਰ, ਆਪਾਂ ਸੈਪਰੇਸ਼ਨ ਐਂਗਜ਼ਾਇਟੀ ਪੜ੍ਹੀ ਸੀ। ਸੈਪਰੇਸ਼ਨ ਐਂਗਜ਼ਾਇਟੀ ਡਿਸਆਰਡਰ ਫਿਰ ਉਹੀ ਕਿ ਦੋਨਾਂ ਵਿੱਚ ਬਹੁਤ ਥਿਨ ਲਾਈਨ ਡਿਫਰੈਂਸ ਹੈ ਕਿ ਬੱਚਾ ਬਿਲਕੁਲ ਇਕੱਲਾ ਰਹਿ ਨੂੰ ਤਿਆਰ ਨਹੀਂ, ਕਿਸੇ ਕੋਲ ਜਾਣ ਨੂੰ ਤਿਆਰ ਨਹੀਂ, ਰੋਈ ਜਾ ਰਿਹਾ, ਖਾਣਾ ਪੀਣਾ ਛੱਡ ਦਿੰਦਾ, ਜਦੋਂ ਇਹ ਚੀਜ਼ ਬਹੁਤ ਜ਼ਿਆਦਾ ਵੱਧ ਜਾਂਦੀ। ਸਾਈਕੈਟ੍ਰਿਕ ਇਲਨੈਸ ਉਦੋਂ ਅਸੀਂ ਕਹਿੰਦੇ ਹਾਂ ਕਿ ਜਦੋਂ ਕੋਈ ਵੀ ਇਸ ਤਰ੍ਹਾਂ ਦੀ ਚੀਜ਼, ਕੋਈ ਵੀ ਇਸ ਤਰ੍ਹਾਂ ਦਾ ਇਸ਼ੂ ਜਿਹਦੇ ਨਾਲ ਕਿ ਬੱਚੇ ਉਸ ਕਿਸੇ ਵਿਅਕਤੀ ਨੂੰ ਆਪਣੇ ਆਪ ਨੂੰ ਤਕਲੀਫ ਹੋਣੀ ਸ਼ੁਰੂ ਹੋ ਜਾਏ, ਆਪਣੇ ਆਸ ਪਾਸ ਦੇ ਲੋਕਾਂ ਨੂੰ ਤਕਲੀਫ ਹੋਣੀ ਸ਼ੁਰੂ ਹੋ ਜਾਏ, ਔਰ ਆਪਣੇ ਕੰਮ ਕਾਰ 'ਚ, ਪੜ੍ਹਾਈ ਲਿਖਾਈ 'ਚ ਉਹਨਾਂ ਦੇ ਵਿੱਚ ਤਕਲੀਫ, ਪ੍ਰੋਬਲਮ ਆਉਣੀ ਸ਼ੁਰੂ ਹੋ ਜਾਏ, ਤਾਂ ਅਸੀਂ ਉਹਨੂੰ ਕਹਿੰਦੇ ਕਿ ਸਾਈਕੈਟ੍ਰਿਕ ਡਿਸਆਰਡਰ ਬਣ ਗਿਆ। ਫੋਬਿਕ ਐਂਗਜ਼ਾਇਟੀ ਡਿਸਆਰਡਰ, ਫੋਬਿਕ ਐਂਗਜ਼ਾਇਟੀ ਡਿਸਆਰਡਰ ਦਾ ਕੀ ਮਤਲਬ? ਫੋਬੀਆ ਕੀ ਹੁੰਦਾ? ਡਰ, ਕਿਸੇ ਸਪੈਸੀਫਿਕ ਚੀਜ਼ ਦਾ ਡਰ, ਉਹ ਫੋਬੀਆ ਹੁੰਦਾ। ਐਂਗਜ਼ਾਇਟੀ ਬਿਨਾਂ ਕਿਸ ਕਾਰਨ ਤੋਂ ਘਬਰਾਹਟ, ਜਨਰਲ ਐਂਗਜ਼ਾਇਟੀ ਜਿਹਨੂੰ। ਫੋਬਿਕ ਐਂਗਜ਼ਾਇਟੀ ਹੁੰਦੀ ਹੈ ਕਿਸੇ ਚੀਜ਼ ਤੋਂ ਡਰ ਲੱਗਣਾ। ਸੋਸ਼ਲ ਐਂਗਜ਼ਾਇਟੀ ਡਿਸਆਰਡਰ, ਇਹ ਕੀ ਹੁੰਦਾ? ਸੋਸ਼ਲ ਗੈਦਰਿੰਗਸ ਦੇ ਵਿੱਚ ਜਾਣ ਤੋਂ ਡਰ, ਘਬਰਾਹਟ ਹੋਣੀ। ਉੱਥੇ ਜਾਣਾ ਕਿੱਦਾਂ ਪਤਾ ਲੱਗਦਾ ਕਿ ਐਂਗਜ਼ਾਇਟੀ ਹੋ ਰਹੀ ਹੈ ਬੰਦੇ ਨੂੰ? ਜਾਣਾ ਅਵੋਇਡ ਕਰਦਾ, ਪਾਰਟੀਜ਼ ਵਿੱਚ ਨਹੀਂ ਜਾਣਾ, ਸਟੇਜ 'ਤੇ ਨਹੀਂ ਜਾਣਾ, ਕਿਸੇ ਨਾਲ ਜਾ ਕੇ ਮਿਲਣਾ ਗਿਲਣਾ ਨਹੀਂ। ਔਰ ਫਿਰ ਕਈ ਲੋਕ ਇਸ ਚੀਜ਼ ਤੋਂ ਬਚਣ ਦੇ ਵਾਸਤੇ ਕੀ ਕਰਦੇ, ਇਸ ਚੀਜ਼ ਨੂੰ ਠੀਕ ਕਰਨ ਦੇ ਵਾਸਤੇ ਕੀ ਕਰਦੇ, ਸ਼ਰਾਬ ਪੀਣੀ ਸ਼ੁਰੂ ਕਰਦੇ। ਕਿ ਕਿਸੇ ਮੇ ਕੋਈ ਮੇਰੇ ਵਰਗਾ ਸਿਆਣਾ ਫਿਰ ਸਲਾਹ ਦੇ ਦਿੰਦਾ ਨਾ ਕਿ ਕਿੱਦਾਂ ਪੈਗ ਲਾ ਕੇ ਜਾਏਗਾ, ਦੇਖ ਪਾਰਟੀ 'ਚ ਬੜਾ ਮਜ਼ਾ ਆਉਣਾ ਜਾ ਕੇ, ਉਹ ਫਿਰ ਲਾ ਕੇ ਚਲਾ ਵੀ ਜਾਂਦਾ, ਜਾ ਕੇ ਉੱਥੇ ਉਹਨੂੰ ਬੜਾ ਵਧੀਆ ਲੱਗਦਾ ਕਿ ਲੈ ਉੱਥੇ ਤਾਂ ਜਾ ਕੇ ਮਜ਼ਾ ਹੀ ਬੜਾ ਆਇਆ, ਜਾ ਕੇ ਉਹ ਮੈਂ ਤਾਂ ਗੱਲਾਂ ਹੀ ਬੜੀਆਂ ਸੁਣਾਈਆਂ, ਗੱਲਾਂ ਬੜੀਆਂ ਕੀਤੀਆਂ, ਕਿ ਚੱਲ ਅਗਲੀ ਵਾਰੀ ਹੁਣ ਇੱਕ ਲਾਇਆ ਸੀ, ਹੁਣ ਅਗਲੀ ਵਾਰੀ ਦੋ ਲਾ ਕੇ ਜਾਊਂਗਾ। ਠੀਕ, ਆਮ ਤੌਰ 'ਤੇ ਕਈ ਵਾਰੀ ਇਸ ਤਰ੍ਹਾਂ ਦੇ ਐਂਗਜ਼ਾਇਟੀ ਦੇ ਪੇਸ਼ੈਂਟਸ ਜਿਹੜੇ ਹੈ ਉਹ ਫਿਰ ਇਸ ਤਰ੍ਹਾਂ ਡਰੱਗਸ ਲੈਣੀ ਹੈ ਜਾਂ ਐਲਕੋਹਲ ਲੈਣੀ ਸ਼ੁਰੂ ਕਰ ਦਿੰਦੇ, ਇਸ ਚੀਜ਼ ਨੂੰ ਅਵੋਇਡ ਕਰਨਾ। ਆਪਾਂ ਉਧਰ ਕੋਮੋਰਬਿਡਿਟੀ ਪੜ੍ਹ ਰਹੇ ਸੀ, ਕੋਮੋਰਬਿਡਿਟੀ ਇਹੀ ਹੈ ਕਿ ਬੇਸਿਕਲੀ ਉਹਦੀ ਪ੍ਰੋਬਲਮ ਤਾਂ ਐਂਗਜ਼ਾਇਟੀ ਦੀ ਸੀ, ਪਰ ਉਹਨੂੰ ਐਲਕੋਹਲ ਦੀ ਐਡਿਕਸ਼ਨ ਡਿਪੈਂਡੈਂਸ ਜਿਹੜੀ ਨਾਲ ਹੋ ਗਈ। ਹੁਣ ਜੇ ਅਸੀਂ ਐਲਕੋਹਲ ਡਿਪੈਂਡੈਂਸ ਤਾਂ ਠੀਕ ਕਰ ਦਿਆਂਗੇ ਪਰ ਸੋਸ਼ਲ ਐਂਗਜ਼ਾਇਟੀ ਨਹੀਂ ਠੀਕ ਕੀਤੀ, ਤਾਂ ਪ੍ਰੋਬਲਮ ਤਾਂ ਉੱਥੇ ਦੀ ਉੱਥੇ ਰਹਿਣੀ, ਚਾਂਸਿਸ ਹੈ ਫਿਰ ਰਿਲੈਪਸ ਹੋ ਜਾਏਗਾ। ਡਿਪਰੈਸ਼ਨ, ਬੱਚਿਆਂ ਦੇ ਵਿੱਚ ਹੁੰਦੀ ਹੈ ਡਿਪਰੈਸ਼ਨ? ਬੱਚਿਆਂ ਦੇ ਵਿੱਚ ਡਿਪਰੈਸ਼ਨ ਹੁੰਦੀ ਹੈ ਕਿ ਨਹੀਂ ਹੁੰਦੀ? ਹੁੰਦੀ ਹੈ। ਕਿੱਦਾਂ ਪਤਾ ਲੱਗਦਾ? ਬੱਚੇ ਆ ਕੇ ਕਹਿੰਦੇ ਆ ਕਿ ਮੈਂ ਤਾਂ ਬਹੁਤ ਉਦਾਸ ਹਾਂ ਜੀ, ਮੈਂ ਤਾਂ ਡਿਪਰੈਸ਼ਨ ਹੋ ਗਈ ਮੈਨੂੰ ਤਾਂ, ਇੱਦਾਂ ਹੀ ਆ ਕੇ ਕਹਿੰਦੇ। ਐਕਟੀਵਿਟੀ ਘੱਟ ਜਾਂਦੀ ਹੈ, ਵੱਧ ਵੀ ਸਕਦੀ ਹੈ, ਐਕਟੀਵਿਟੀ ਵੱਧ ਵੀ ਸਕਦੀ, ਡਿਪਰੈਸ਼ਨ 'ਚ ਵੱਧ ਸਕਦੀ? ਨਹੀਂ ਵੱਧ ਸਕਦੀ, ਡਿਪਰੈਸ਼ਨ 'ਚ ਵੀ ਵੱਧ ਸਕਦੀ ਹੈ। ਰੈਸਟਲੈਸਨੈਸ ਹੋ ਰਹੀ ਹੈ, ਠੀਕ ਹੈ, ਰੈਸਟਲੈਸ ਹੋ ਰਿਹਾ ਬੱਚਾ, ਘਬਰਾਹਟ ਹੋ ਰਹੀ ਹੈ, ਨਹੀਂ ਉਹਨੂੰ ਕੁਛ ਚੰਗਾ ਨਹੀਂ ਲੱਗ ਰਿਹਾ, ਕੁਛ ਦਿਲ ਨਹੀਂ ਕਰਦਾ ਪਿਆ, ਕੁਛ ਕਰੇ, ਟਿੱਕ ਕੇ ਨਹੀਂ ਬੈਠ ਪਾ ਰਿਹਾ, ਐਕਟੀਵਿਟੀ ਵੱਧ ਵੀ ਸਕਦੀ ਹੈ। ਦੱਸਦਾ ਮੈਂ ਤਾਂ ਡਿਪਰੈਸ਼ਨ ਹੀ ਨਹੀਂ ਖਤਮ ਕੀਤਾ। ਹੋਰ ਕੀ ਹੁੰਦਾ ਹੈ, ਕਿਸ ਤਰ੍ਹਾਂ ਪਤਾ ਲੱਗੇਗਾ ਕਿ ਬੱਚੇ ਨੂੰ ਡਿਪਰੈਸ਼ਨ ਹੈ? ਈਟਿੰਗ ਹੈਬਿਟਸ ਚੇਂਜ ਹੋਣੇ, ਇਹਨਾਂ ਨੇ ਕਿਹਾ ਈਟਿੰਗ ਹੈਬਿਟਸ ਚੇਂਜ ਹੋਣੇ, ਉਹ ਕਹਿੰਦੇ ਖਾਣਾ ਪੀਣਾ ਘੱਟ ਗਿਆ, ਦੋਨਾਂ 'ਚੋਂ ਕਿਹੜੀ ਚੀਜ਼ ਠੀਕ ਹੈ? ਹੈਬਿਟ ਚੇਂਜ, ਕਿਉਂ ਜ਼ਿਆਦਾ ਵੀ ਖਾਂਦੇ ਆ ਬੱਚੇ, ਖਾ ਸਕਦੇ। ਐਪੀਟਾਈਟ ਵਿੱਚ ਚੇਂਜ ਆ ਜਾਣਾ, ਖਾਣਾ ਪੀਣਾ ਘੱਟ, ਅਡਲਟਸ ਵਿੱਚ ਵੀ ਇਹੀ ਐਪਲੀਕੇਬਲ ਹੈ, ਐਪੀਟਾਈਟ ਵਿੱਚ ਚੇਂਜ ਆਉਣਾ। ਕਿ ਜ਼ਰੂਰੀ ਨਹੀਂ ਕਿ ਖਾਣਾ ਪੀਣਾ ਘੱਟ ਗਿਆ ਤਾਂ ਇਸ ਡਿਪਰੈਸ਼ਨ ਹੈ, ਖਾਣਾ ਪੀਣਾ ਵੱਧ ਵੀ ਸਕਦਾ, ਕਈ ਲੋਕ ਜ਼ਿਆਦਾ ਖਾਣ ਲੱਗ ਪੈਂਦੇ ਆ। ਠੀਕ, ਹੋਰ ਨੀਂਦ, ਨੀਂਦ ਘੱਟ ਵੀ ਜਾਂਦੀ ਵੱਧ ਵੀ ਜਾਂਦੀ? ਅੱਛਾ, ਉਹ ਕਿੱਦਾਂ ਹੁੰਦਾ? ਦੋਨੋਂ ਤਰ੍ਹਾਂ, ਚੇਂਜ ਇਨ ਸਲੀਪ ਪੈਟਰਨ,
ਕਿ ਕਈਆਂ ਨੂੰ ਨੀਂਦ ਬਿਲਕੁਲ ਆਉਣੀ ਬੰਦ ਹੋ ਜਾਂਦੀ ਹੈ ਜਾਂ ਟੁੱਟ ਟੁੱਟ ਕੇ ਆਉਂਦੀ ਹੈ, ਕਈਆਂ 'ਚੋਂ ਨੀਂਦ ਜ਼ਿਆਦਾ ਆਉਣ ਲੱਗ ਪੈਂਦੀ ਹੈ। ਠੀਕ, ਹੋਰ ਡਿਪਰੈਸ਼ਨ ਦੇ ਕਿਹੜੇ ਕਿਹੜੇ ਫੀਚਰਸ ਹੁੰਦੇ ਆ, ਮੇਨ ਫੀਚਰ ਜਿਹੜੇ ਹੈ, ਕੀ ਫੀਚਰਸ ਕਿਹੜੇ ਕਿਹੜੇ ਆ ਡਿਪਰੈਸ਼ਨ? ਹਾਂਜੀ, ਆਈਸੋਲੇਸ਼ਨ, ਹੋਰ ਸੈਡਨੈਸ ਆਫ ਮੂਡ ਐਂਡ ਲੋਸ ਆਫ ਇੰਟਰਸਟ, ਇਹ ਦੋ ਚੀਜ਼ਾਂ, ਸੈਡਨੈਸ ਆਫ ਮੂਡ ਐਂਡ ਲੋਸ ਆਫ ਇੰਟਰਸਟ। ਜਦੋਂ ਅਸੀਂ ਸ਼ੁਰੂ ਕੀਤਾ ਸੀ ਲੈਕਚਰ, ਉਹਦੇ 'ਚ ਉਦੋਂ ਕਿਹਾ ਸੀ ਕਿ ਆਮ ਤੌਰ 'ਤੇ ਸਾਰੇ ਲੋਕ ਉਦਾਸ ਹੁੰਦੇ ਆ ਕਿਸੇ ਨਾ ਕਿਸੇ ਕਾਰਨ ਤੋਂ, ਕਿਸੇ ਨਾ ਕਿਸੇ ਲਾਈਫ ਦੇ ਕਿਸੇ ਨਾ ਕਿਸੇ ਫੇਜ਼ ਵਿੱਚ ਜਾ ਕੇ, ਅਤੇ ਅਸੀਂ ਕਿੱਦਾਂ ਆਈਡੈਂਟੀਫਾਈ ਕਰਾਂਗੇ ਕਿ ਇਹਨੂੰ ਟ੍ਰੀਟਮੈਂਟ ਦੇਣੀ ਹੈ ਕਿ ਨਹੀਂ ਦੇਣੀ ਹੈ, ਡਿਪਰੈਸ਼ਨ ਦੀ ਬਿਮਾਰੀ ਹੈ, ਡਿਪਰੈਸਿਵ ਡਿਸਆਰਡਰ ਹੈ ਕਿ ਜਾਂ ਫਿਰ ਇਹਨੂੰ ਸਟ੍ਰੈਸ ਰਿਲੇਟਿਡ ਡਿਪਰੈਸ਼ਨ ਹੈ ਜਾਂ ਸਿਚੁਏਸ਼ਨ ਰਿਲੇਟਿਡ ਡਿਪਰੈਸ਼ਨ ਹੈ, ਕਿੱਦਾਂ ਪਤਾ ਲੱਗੇਗਾ? ਕਈਆਂ ਜੇ ਸਿਚੁਏਸ਼ਨ ਰਿਲੇਟਿਡ ਜਾਂ ਸਟ੍ਰੈਸ ਰਿਲੇਟਿਡ ਡਿਪਰੈਸ਼ਨ ਹੈ ਵੀ ਤਾਂ ਉਹਨੂੰ ਟ੍ਰੀਟਮੈਂਟ ਸ਼ੁਰੂ ਕਰਨੀ ਹੈ ਜਾਂ ਨਹੀਂ ਕਰਨੀ, ਕਿੱਦਾਂ ਪਤਾ ਲੱਗੇ? ਪੇਸ਼ੈਂਟ ਤੁਹਾਡੇ ਕੋਲ ਆਇਆ, ਪੇਸ਼ੈਂਟ ਨੇ ਆ ਕੇ ਕਿਹਾ ਜੀ ਮੇਰਾ ਤਾਂ ਮਨ ਬਹੁਤ ਉਦਾਸ ਹੈ, ਮੇਰਾ ਕੁਛ ਕਰਨ ਨੂੰ ਮਨ ਨਹੀਂ ਕਰਦਾ ਪਿਆ, ਸੈਡਨੈਸ ਆਫ ਮੂਡ, ਲੋਸ ਆਫ ਇੰਟਰਸਟ, ਨੀਂਦ ਵੀ ਮੇਰੀ ਡਿਸਟਰਬਡ ਹੈ, ਖਾਣ ਪੀਣ ਨੂੰ ਮੇਰਾ ਦਿਲ ਨਹੀਂ ਕਰਦਾ ਪਿਆ, ਕਿੱਦਾਂ ਡਿਸਾਈਡ ਕਰਾਂਗੇ? ਕਿਹੜਾ ਟਾਈਮ ਪੀਰੀਅਡ, ਕਿੱਦਾਂ ਟਾਈਮ, ਕਿੰਨਾ ਟਾਈਮ ਤੁਸੀਂ ਸੋਚਦੇ ਹੋ, ਕਿੰਨਾ ਕੁ ਟਾਈਮ ਹੁਣ, ਕਿੰਨਾ ਟਾਈਮ, ਕੋਈ ਆ ਗਿਆ ਮੈਂ ਹਫ਼ਤੇ ਤੋਂ ਇੱਦਾਂ ਹੀ ਚੱਲੀ ਜਾ ਰਿਹਾ ਜੀ, ਸਟ੍ਰੈਸਰ ਹੈ ਵੀ ਹੈ, ਹੋ ਗਿਆ ਸਟ੍ਰੈਸਰ, ਪਰ ਫੀਚਰਸ ਇਹੀ ਹੈ, ਹਾਂ, ਮਾਈਂਡ ਡਿਵਰਟ ਕਰਨ ਇੱਕ ਟ੍ਰੀਟਮੈਂਟ ਹੈ। ਕੀ ਕੀ ਕਹਿਣਾ ਚਾਹ ਰਹੇ ਹੋ? ਕਿ ਮੈਂ ਤਾਂ ਟਾਈਮ ਦੀ ਗੱਲ ਕਰ ਰਿਹਾ ਸੀ, ਕਿੰਨਾ ਕੁ ਟਾਈਮ ਗਿਆ, ਮੈਂ ਤਾਂ ਹਫ਼ਤੇ ਕੁ ਤੋਂ ਇੱਦਾਂ ਚੱਲ ਰਿਹਾ ਜੀ, ਦੱਸੋ ਕੀ ਕਰਨਾ? ਨਹੀਂ ਸਪੈਸੀਫਿਕ ਹੈ, ਕੁਛ ਸਪੈਸੀਫਾਈ ਹੋਣਾ ਪੈਣਾ ਨਾ, ਇਹਦਾ ਮਹੀਨਿਆਂ ਤੋਂ ਸਾਲਾਂ ਤੋਂ ਤਾਂ ਆਪਾਂ ਕਿੱਦਾਂ ਕਹਿ ਸਕਾਂਗੇ? 2 weeks, 2 ਹਫ਼ਤੇ ਤੋਂ ਲਗਾਤਾਰ ਚੱਲੀ ਜਾ, ਸੈਡਨੈਸ ਆਫ ਮੂਡ ਐਂਡ ਲੋਸ ਆਫ ਇੰਟਰਸਟ ਫੋਰ ਐਟਲੀਸਟ ਅ ਪੀਰੀਅਡ ਆਫ 2 weeks। ਹੋਰ, ਇੱਕ ਤਾਂ ਟਾਈਮ ਦਾ ਕ੍ਰਾਈਟੀਰੀਆ ਹੋ ਗਿਆ, ਇੱਕ ਕੀ ਫੀਚਰਸ ਹੋ ਗਏ ਦੋਨੋਂ, ਹੋਰ ਕੀ ਹੋਣਾ ਚਾਹੀਦਾ ਵਿੱਚ? ਮੈਨੂੰ 2 ਹਫ਼ਤੇ ਤੋਂ ਬਹੁਤ ਮੇਰਾ ਮਨ ਉਦਾਸ ਹੁੰਦਾ, ਪਰ ਮੈਂ ਜਦੋਂ ਹਸਪਤਾਲ ਆਉਂਦਾ ਨਾ ਉਦੋਂ ਉਦਾਸ ਹੁੰਦਾ, ਮੈਂ ਜਦੋਂ ਬਾਹਰ ਘੁੰਮਣ ਫਿਰਨ ਯਾਰਾਂ ਦੋਸਤਾਂ ਨਿਕਲ ਜਾਣਾ ਫਿਰ ਤਾਂ ਮੈਂ ਠੀਕ ਹੋ ਜਾਂਦਾ। ਇਹ ਡਿਪਰੈਸ਼ਨ ਹੈ ਕਿ ਨਹੀਂ? ਫਿਰ ਕੀ ਹੋਣਾ ਚਾਹੀਦਾ ਕਿ ਹਰ ਇੱਕ ਸਿਚੁਏਸ਼ਨ ਦੇ ਵਿੱਚ, ਹਰ ਜਗ੍ਹਾ 'ਤੇ ਇਸ ਤਰ੍ਹਾਂ ਹੋਣਾ ਚਾਹੀਦਾ, ਪਰਸਿਸਟੈਂਟ ਐਂਡ ਪਰਵੇਸਿਵ ਸੈਡਨੈਸ ਆਫ ਮੂਡ ਐਂਡ ਲੋਸ ਆਫ ਇੰਟਰਸਟ ਫੋਰ ਐਟਲੀਸਟ ਅ ਪੀਰੀਅਡ ਆਫ 2 weeks। ਠੀਕ ਹੈ ਕਿ ਲਗਾਤਾਰ ਹਰ ਸਿਚੁਏਸ਼ਨ ਦੇ ਵਿੱਚ 2 ਹਫ਼ਤੇ ਤੋਂ ਇਸ ਤਰ੍ਹਾਂ ਹੀ ਚੱਲ ਰਿਹਾ, ਲੋਸ ਆਫ ਬਾਡੀ ਐਨਰਜੀ, ਸਲੀਪ ਦੀ ਆਪਾਂ ਗੱਲ ਕੀਤੀ ਕਿ ਸਲੀਪ ਡਿਸਟਰਬਡ ਹੋ ਜਾਂਦੀ, ਸਲੀਪ ਚੇਂਜ ਹੋ ਜਾਂਦੀ, ਸਲੀਪ ਪੈਟਰਨ ਚੇਂਜ ਹੁੰਦਾ, ਐਪੀਟਾਈਟ ਪੈਟਰਨ ਚੇਂਜ ਹੋ ਜਾਂਦਾ, ਸੈਕਸ਼ੁਅਲ ਐਕਟੀਵਿਟੀ, ਸੈਕਸ਼ੁਅਲ ਡਿਜ਼ਾਇਰ, ਸੈਕਸ਼ੁਅਲ ਐਕਟੀਵਿਟੀਜ਼ ਚੇਂਜ ਹੋ ਜਾਂਦੀਆਂ, ਘਟਦੀਆਂ ਨਹੀਂ, ਚੇਂਜ ਹੋ ਸਕਦੀ, ਵੱਧ ਵੀ ਜਾਂਦੀਆਂ ਕਈਆਂ ਦੀ। ਮੈਨੀਆ ਐਂਡ ਹਾਈਪੋਮੈਨੀਆ, ਮੈਨੀਆ ਕੀ ਹੁੰਦਾ? ਇੰਕਰੀਜ਼ਡ ਐਕਟੀਵਿਟੀ, ਉਹ ਡਿਪਰੈਸ਼ਨ 'ਚ ਵੀ ਹੋ ਸਕਦੀ। ਹੋਰ ਗ੍ਰੈਂਡੀਓਸਿਟੀ, ਆਪਣੇ ਆਪ ਨੂੰ ਬਹੁਤ ਵੱਡਾ ਸਮਝਣਾ ਕਿ ਮੈਂ ਤਾਂ ਰੱਬ ਹੀ ਹੈ, ਬਾਡੀ ਐਨਰਜੀ ਬਹੁਤ ਵੱਧ ਜਾਂਦੀ ਹੈ ਬੰਦੇ ਨੂੰ, ਡਿਪਰੈਸ਼ਨ 'ਚ ਵੀ ਹੁੰਦਾ ਕਿ ਨੀਂਦ ਨਹੀਂ ਆਉਂਦੀ, ਮੈਨੀਆ 'ਚ ਵੀ ਹੁੰਦਾ ਨੀਂਦ ਨਹੀਂ ਆਉਂਦੀ, ਦੋਨਾਂ 'ਚ ਫਰਕ ਕੀ ਹੋਇਆ? ਦੋਨਾਂ ਦੀ ਨੀਂਦ ਸਲੀਪ ਡਿਸਟਰਬਡ ਦਾ ਫਰਕ ਕੀ ਹੈ? ਫਿਜ਼ੀਕਲ ਐਕਟੀਵਿਟੀ ਵੱਧ ਗਈ ਔਰ ਬੰਦਾ ਉਹ ਵੀ ਨਹੀਂ ਸੌਂਦਾ ਪਿਆ, ਉਹ ਵੀ ਨਹੀਂ ਸੌਂਦਾ ਪਿਆ, ਦੋਨਾਂ 'ਚ ਕੀ ਫਰਕ ਹੋਇਆ? ਹੈਂ, ਇਲੇਸ਼ਨ ਆਫ ਮੂਡ ਤਾਂ ਇੱਕ ਚੀਜ਼ ਹੋ ਗਈ, ਰਿਲੇਟਿਡ ਮੂਡ, ਖੁਸ਼ ਖੁਸ਼ ਰਹਿਣਾ, ਮਨ ਖੁਸ਼ ਵੀ ਰਹਿ ਸਕਦਾ, ਗੁੱਸਾ ਵੀ ਕਈ ਬਹੁਤ ਕਰਦੇ ਆ, ਡਿਸਫੋਰਿਕ ਮੀਨੀਆ ਹੁੰਦਾ, ਯੂਫੋਰਿਕ ਮੀਨੀਆ ਹੁੰਦਾ, ਯੂਫੋਰੀਆ ਵਿੱਚ ਤਾਂ ਹਾਸੇ ਮਜ਼ਾਕ ਹੀ ਕਰੀ ਜਾਂਦੇ, ਹਸਾਈ ਜਾਣਾ, ਔਰ ਯੂਫੋਰਿਕ ਮੀਨੀਆ ਜਿਹੜਾ ਹੈ ਉਹ ਬੜਾ ਕੰਟੇਜੀਅਸ ਹੁੰਦਾ, ਕਿ ਉਹ ਤੁਹਾਨੂੰ ਉਹਨੇ ਖੁਸ਼ ਰੱਖਣਾ ਹੈ, ਹਸਾਈ ਜਾਣਾ, ਤੁਹਾਨੂੰ ਗੱਲਾਂ ਇੱਦਾਂ ਦੀਆਂ ਕਰੀ ਜਾਣੀਆਂ, ਕੰਟੈਜੀਅਸ ਹੁੰਦਾ ਬੜਾ। ਡਿਸਫੋਰਿਕ ਮੀਨੀਆ ਦੇ ਵਿੱਚ ਮੈਨੀਅਕਸ ਜਿਹੜੇ ਹੁੰਦੇ ਆ, ਐਵੇਂ ਲੜਾਈ ਝਗੜਾ ਕਰੀ ਜਾਣਾ, ਹਰੇਕ ਬੰਦੇ ਨੂੰ ਐਵੇਂ ਬੁਰਾ ਬੋਲੀ ਜਾਣਾ, ਗਾਲਾਂ ਕੱਢੀ ਜਾਣੀ ਹੈ, ਇਸ ਤਰ੍ਹਾਂ ਦੇ ਵੀ ਮੈਨੀਅਕਸ ਹੋ ਸਕਦੇ। ਸਲੀਪ ਦੀ ਗੱਲ ਕਰ ਰਹੇ ਸੀ ਕਿ ਦੋਨਾਂ ਦੀ ਸਲੀਪ ਦਾ ਕੀ ਫਰਕ ਹੈ? ਡਿਪਰੈਸ਼ਨ ਦੇ ਵਿੱਚ ਬੰਦੇ ਨੂੰ ਨੀਂਦ ਆਉਂਦੀ ਨਹੀਂ ਪਰ ਸੌਣਾ ਚਾਹੁੰਦਾ ਹੈ, ਮੈਨੀਆ ਦੇ ਵਿੱਚ ਬੰਦਾ ਕਹਿੰਦਾ ਮੈਨੂੰ ਤਾਂ ਸੌਣ ਦੀ ਲੋੜ ਹੀ ਨਹੀਂ, ਮੇਰੇ ਤਾਂ ਇੰਨੀ ਐਨਰਜੀ ਆਪਣੇ 'ਚ ਭਰੀ ਹੋਈ ਹੈ ਕਿ ਸੌਂ ਕੇ ਕੀ ਕਰਨਾ। ਐਪੀਟਾਈਟ ਵੀ ਇਸੇ ਤਰ੍ਹਾਂ ਹੀ ਹੈ ਕਿ ਉਹਦੇ ਵਿੱਚ ਵੀ ਭੁੱਖ ਕਈਆਂ ਨੂੰ ਨਹੀਂ ਲੱਗਦੀ, ਇਹਦੇ ਵਿੱਚ ਵੀ ਉਹ ਕਹਿੰਦਾ ਮੈਨੂੰ ਰੋਟੀ ਖਾਣ ਦੀ ਨਹੀਂ ਲੋੜ, ਆਪਣੇ ਤਾਂ ਐਨਰਜੀ ਦੇ ਭੰਡਾਰ ਲੱਗੇ ਪਏ, ਕੋਈ ਨਹੀਂ, ਰੋਟੀ ਰੋਟੀ ਨਹੀਂ ਖਾਣ ਦੀ ਲੋੜ ਆਪਣੇ,
ਪਤਾ ਰੱਬ ਹੈ, ਇਸ ਤਰ੍ਹਾਂ ਦੀਆਂ ਫੀਲਿੰਗਸ, ਠੀਕ ਇਹ ਮੈਨੀਆਂ। ਮੈਨੀਆਂ ਦੇ ਵਿੱਚ ਵਿੱਚ ਕੁਝ ਕ੍ਰਾਈਟੀਰੀਆ ਹੋਣਾ ਚਾਹੀਦਾ, 4 ਦਿਨ ਦਾ, 4 ਦਿਨ ਲਗਾਤਾਰ ਇਹ ਚੀਜ਼ ਚੱਲਦੀ ਰਹੇ ਤਾਂ ਫਿਰ ਅਸੀਂ ਉਹਨੂੰ ਕਹਿੰਦੇ ਕਿ ਮੈਨੀਕ ਹੈ। ਥੋੜ੍ਹੇ ਜਿਹੇ ਘੱਟ ਫੀਚਰਸ ਹੁੰਦੇ ਆ ਕਿ ਬੰਦਾ ਬਹੁਤ ਜ਼ਿਆਦਾ ਰਿਲੇਟਡ ਨਹੀਂ ਹੈ, ਬਹੁਤ ਐਕਟੀਵਿਟੀ ਜ਼ਿਆਦਾ ਨਹੀਂ ਹੈ, ਓਵਰ ਸਪੈਂਡਿੰਗ ਜਿਸ ਤਰ੍ਹਾਂ ਹੁੰਦੀ ਹੈ ਕਿ ਪੈਸੇ ਖਰਚੀ ਜਾਣੇ, ਐਵੇਂ ਚੀਜ਼ਾਂ ਲਿਆ ਲਿਆ ਕੇ ਨਵੀਆਂ ਖਰੀਦੀ ਜਾਣੀਆਂ, ਘਰ 'ਚ ਪਈਆਂ ਵੀ ਹੋਈਆਂ ਉਹੀ ਲਿਆ ਲਿਆ ਕੇ ਬਾਰ ਬਾਰ ਖਰੀਦੀ ਜਾਣੀਆਂ, ਐਵੇਂ ਚੀਜ਼ਾਂ ਚੁੱਕ ਚੁੱਕ ਕੇ ਵੇਚੀ ਜਾਣੀਆਂ ਸਸਤੇ ਰੇਟਾਂ 'ਤੇ, ਫ੍ਰੀ 'ਚ ਵੰਡੀ ਜਾਣੀਆਂ, ਠੀਕ ਹੈ, ਇਸ ਤਰ੍ਹਾਂ ਦੇ ਸਿਮਟਮਸ ਹੁੰਦੇ। ਸਕਿਜ਼ੋਫਰੀਨੀਆ, ਸਕਿਜ਼ੋਫਰੀਨੀਆ ਕੀ ਹੁੰਦਾ? ਹਾਂਜੀ, ਸਕਿਜ਼ੋਫਰੀਨੀਆ ਨੂੰ ਡਿਫਾਈਨ ਕਰਨਾ ਬਹੁਤ ਆਸਾਨ ਨਹੀਂ ਹੈ ਕਿਉਂਕਿ ਬਹੁਤ ਜ਼ਿਆਦਾ ਡੋਮੇਨਸ ਦੇ ਵਿੱਚ ਇਹਦੇ ਫੀਚਰਸ ਹੁੰਦੇ ਹੈ ਕਿ ਥੋਟਸ ਦੇ ਵਿੱਚ, ਇਮੋਸ਼ਨਸ ਦੇ ਵਿੱਚ, ਬਿਹੇਵੀਅਰ ਦੇ ਵਿੱਚ, ਔਰ ਅਲੱਗ ਅਲੱਗ ਤਰ੍ਹਾਂ ਦਾ ਸਕਿਜ਼ੋਫਰੀਨੀਆ ਹੁੰਦਾ ਹੈ। ਪੈਰਾਨੋਇਡ ਹੈ, ਹੈਬੇਫਰੈਨਿਕ ਹੈ, ਸਿੰਪਲ ਸਕਿਜ਼ੋਫਰੀਨੀਆ, ਨਾਮ ਸਿੰਪਲ ਸਕਿਜ਼ੋਫਰੀਨੀਆ ਰੱਖਿਆ ਹੈ, ਪਰ ਸਭ ਤੋਂ ਮੁਸ਼ਕਿਲ ਡਾਇਗਨੋਸ ਕਰਨਾ ਸਿੰਪਲ ਸਕਿਜ਼ੋਫਰੀਨੀਆ, ਠੀਕ। ਆਮ ਤੌਰ 'ਤੇ ਕੀ ਹੁੰਦਾ ਹੈ ਕਿ ਬੰਦੇ ਨੂੰ ਵਹਿਮ ਹੋਣਾ, ਸ਼ੱਕ ਵਹਿਮ ਰਹਿਣਾ, ਕੰਨਾਂ 'ਚ ਆਵਾਜ਼ਾਂ ਸੁਣਦੇ ਰਹਿਣਾ, ਹਲੂਸੀਨੇਸ਼ਨਸ ਦੀ ਗੱਲ ਕਰ ਰਹੇ ਸੀ, ਆਮ ਤੌਰ 'ਤੇ ਆਡੀਟਰੀ ਹੈਲੂਸੀਨੇਸ਼ਨਸ ਹੁੰਦੀਆਂ। ਸਾਈਕੈਟ੍ਰਿਕ ਇਲਨੈਸਿਸ ਦੇ ਵਿੱਚ ਆਮ ਤੌਰ 'ਤੇ ਜ਼ਿਆਦਾਤਰ ਆਡੀਟਰੀ ਹੈਲੂਸੀਨੇਸ਼ਨਸ ਪਾਈਆਂ ਜਾਂਦੀਆਂ। ਜੇ ਕਿਸੇ ਪਰਸਨ ਦੇ ਵਿੱਚ ਵਿਜੂਅਲ ਹੈਲੂਸੀਨੇਸ਼ਨਸ ਆਉਂਦੀਆਂ, ਦੇਖਣ ਨੂੰ ਮਿਲਦੀਆਂ, ਤਾਂ ਇਹਦਾ ਮਤਲਬ ਕਿਸ ਬ੍ਰੇਨ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਐਨਾਟੋਮਿਕਲ ਸਟਰਕਚਰਲ ਪ੍ਰੋਬਲਮ ਹੈ, ਠੀਕ। ਸਾਈਕੈਟ੍ਰੀ ਦੇ ਵਿੱਚ ਆਮ ਤੌਰ 'ਤੇ ਆਡੀਟਰੀ ਹੈਲੂਸੀਨੇਸ਼ਨਸ, ਟੈਕਟਾਈਲ ਵੀ ਹੋ ਸਕਦੀਆਂ, ਗੈਸਟ੍ਰੀਟਰੀ ਵੀ ਹੋ ਸਕਦੀਆਂ, ਵਿਜੂਅਲ ਹੈਲੂਸੀਨੇਸ਼ਨਸ ਬਹੁਤ ਰੇਅਰ ਹੁੰਦੀਆਂ, ਠੀਕ। ਸਕਿਜ਼ੋਫਰੀਨੀਆ ਦੇ ਆਮ ਵਿੱਚ ਡਿਲੀਊਜ਼ਨਸ, ਹੈਲੂਸੀਨੇਸ਼ਨਸ ਕੀ ਫੀਚਰਸ ਹੈ ਪੈਰਾਨੋਇਡ ਸਕਿਜ਼ੋਫਰੀਨੀਆ ਦੇ, ਠੀਕ। ਡਿਲੀਊਜ਼ਨਸ ਕੀ ਹੁੰਦੀਆਂ? ਫਾਲਸ ਬਿਲੀਫ, ਹੋਰ ਫਾਲਸ ਐਂਡ ਫਰਮ ਬਿਲੀਫ, ਹੋਰ ਅਜੇ ਕੰਪਲੀਟ ਨਹੀਂ ਹੋਈ, ਕੰਪਲੀਟ ਕਰੋ ਨਾ ਡੈਫੀਨੇਸ਼ਨ ਪਹਿਲਾਂ। ਫਾਲਸ ਐਂਡ ਫਰਮ ਬਿਲੀਫ, ਇੱਕ ਚੀਜ਼ ਤਾਂ ਪੱਕੀ, ਅਨਸ਼ੇਕੇਬਲ, ਇਰਰੈਸ਼ਨਲ, ਠੀਕ ਹੈ। ਹੋਰ ਰੱਬ ਕਿਹਨੇ ਕਿਹਨੇ ਦੇਖਿਆ? ਕਿਸੇ ਨੇ ਨਹੀਂ ਦੇਖਿਆ, ਕਮਾਲ ਹੈ, ਫਿਰ ਵੀ ਰੱਬ 'ਤੇ ਯਕੀਨ ਕਰਦੇ ਹੋ, ਕਿਉਂ? ਸਾਰੇ ਡਿਲੀਊਜ਼ਨ ਦੇ ਕੇਸ ਹੋ ਤੁਸੀਂ, ਸਾਨੂੰ ਪੇਸ਼ੈਂਟ ਹੋ ਡਿਲੀਊਜ਼ਨਲ ਡਿਸਆਰਡਰ ਦੇ, ਰੱਬ ਦੇਖਿਆ ਨਹੀਂ ਕਿਸੇ ਨੇ, ਤੁਹਾਡਾ ਬਿਲੀਫ ਹੈ, ਫਰਮ ਬਿਲੀਫ ਹੈ, ਪੱਕਾ ਨਹੀਂ, ਅੱਛਾ ਨਹੀਂ ਤੁਸੀਂ ਇੱਦਾਂ ਕਿਹਾ ਨਾ, ਪੱਕਾ ਬਿਲੀਫ ਹੈ, ਫਰਮ ਬਿਲੀਫ ਹੈ, ਪਰ ਝੂਠਾ ਬਿਲੀਫ ਹੈ, ਦੇਖਿਆ ਤਾਂ ਹੈ ਨਹੀਂ, ਦੇਖਿਆ ਤਾਂ ਹੈ ਨਹੀਂ ਨਾ ਕਿਸੇ ਨੇ, ਫਿਰ ਕਿਉਂ ਨਹੀਂ ਤੁਸੀਂ ਡਿਲੀਊਜ਼ਨਲ ਡਿਸਆਰਡਰ ਕਿਉਂ ਨਹੀਂ ਹੋ ਤੁਸੀਂ? ਨੋਟ ਸ਼ੇਅਰਡ ਬਾਏ ਅਦਰਸ, ਕੰਪਲੀਟ ਡੈਫੀਨੇਸ਼ਨ ਦੇ ਵਿੱਚ ਇਹ ਵੀ ਆਉਂਦਾ ਕਿ ਨੋਟ ਸ਼ੇਅਰਡ ਬਾਏ ਅਦਰਸ ਐਂਡ ਇਟ ਇਜ਼ ਕਲਚਰਲੀ ਨੋਟ ਐਕਸੈਪਟੇਬਲ। ਕਈ ਕਲਚਰ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਕਿ ਜਿਹੜੀਆਂ ਕਿ ਦੂਸਰੇ ਕਲਚਰ ਵਿੱਚ ਹੋ ਸਕਦਾ ਨਾ ਹੋ, ਪਰ ਉਸ ਕਲਚਰ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਬਿਲੀਫਸ ਹੈ ਉਹ ਸਾਰੇ ਲੋਕ ਮੰਨਦੇ ਆ ਉਸ ਚੀਜ਼ ਨੂੰ, ਉਹ ਸ਼ੇਅਰ ਵੀ ਕਰਦੇ ਆ ਆਪਸ ਵਿੱਚ। ਇਸ ਕਰਕੇ ਜਿਹੜੀ ਇਹ ਗੱਲ ਕਹਿ ਰਹੇ ਸੀ ਕਿ ਆਪਾਂ ਰੱਬ ਹੁੰਦਾ ਜਾਂ ਨਹੀਂ ਹੁੰਦਾ, ਕਿ ਕਿਉਂ ਨਹੀਂ ਡਿਲੀਊਜ਼ਨਲ ਡਿਸਆਰਡਰ ਦੇ ਤੁਸੀਂ ਕੇਸ ਹੈਗੇ, ਕਿ ਇਸ ਕਰਕੇ ਕਿਉਂਕਿ ਸਾਰੇ ਲੋਕ ਹੀ ਅਸੀਂ ਇਸ ਚੀਜ਼ 'ਚ ਵਿਸ਼ਵਾਸ ਰੱਖਦੇ ਹਾਂ, ਠੀਕ। ਇਸ ਕਰਕੇ ਇਟ ਇਜ਼ ਏ ਫਾਲਸ ਐਂਡ ਫਰਮ ਬਿਲੀਫ ਇਨ ਐਨੀਥਿੰਗ ਵਿਚ ਇਜ਼ ਨੋਟ ਏ ਰਿਐਲਿਟੀ, ਵਿਚ ਇਜ਼ ਨੋਟ ਸ਼ੇਅਰਡ ਬਾਏ ਅਦਰਸ ਐਂਡ ਵਿਚ ਇਜ਼ ਨੋਟ ਕਲਚਰਲੀ ਐਕਸੈਪਟੇਬਲ, ਠੀਕ। ਇਹ ਕੰਪਲੀਟ ਡੈਫੀਨੇਸ਼ਨ ਡਿਲੀਊਜ਼ਨਲ ਡਿਸਆਰਡਰ ਦੀ। ਓਬਸੈਸਿਵ ਕੰਪਲਸਿਵ ਡਿਸਆਰਡਰ, OCD, ਕੀ ਹੁੰਦਾ? ਇੱਕ ਕੰਮ ਨੂੰ ਰਿਪੀਟ ਕਰੀ ਜਾਣਾ। ਦੋ ਬਿਮਾਰੀਆਂ ਦਾ ਕੰਬੀਨੇਸ਼ਨ ਹੈ, ਓਬਸੈਸ਼ਨਸ ਐਂਡ ਕੰਪਲਸ਼ਨਸ। ਓਬਸੈਸ਼ਨ ਇੱਕ ਹੈ, ਕੰਪਲਸ਼ਨ ਦੂਸਰੀ ਬਿਮਾਰੀ। ਓਬਸੈਸ਼ਨਸ ਹੁੰਦੀ ਹੈ ਥੋਟ ਡਿਸਆਰਡਰ, ਹੈ ਬਾਰ ਬਾਰ ਰਿਪੀਟਿਡ ਥੋਟਸ, ਇਰੈਸ਼ਨਲ ਥੋਟਸ, ਬੰਦਾ ਰਿਜ਼ਿਸਟ ਕਰਨ ਦੀ ਕੋਸ਼ਿਸ਼ ਕਰਦਾ ਪਰ ਰਿਜ਼ਿਸਟ ਨਹੀਂ ਹੁੰਦੇ ਥੋਟਸ, ਇੰਨੇ ਕੁ ਜ਼ਿਆਦਾ ਥੋਟਸ ਆਉਂਦੇ, ਠੀਕ ਹੈ। ਦੀਜ਼ ਆਰ ਓਬਸੈਸ਼ਨਸ, ਇਰੈਸ਼ਨਲ ਵੀ ਹੈ, ਆਦਮੀ ਨੂੰ ਪਤਾ ਵੀ ਹੈ ਕਿ ਗਲਤ ਹੈ, ਰਿਜ਼ਿਸਟ ਕਰਨ ਦੀ ਵੀ ਕੋਸ਼ਿਸ਼ ਕਰਦਾ ਪਰ ਰਿਜ਼ਿਸਟ ਨਹੀਂ ਹੁੰਦੇ, ਔਰ ਉਹਦੇ ਨਾਲ ਐਂਗਜ਼ਾਇਟੀ ਹੋ ਰਹੀ ਹੈ, ਘਬਰਾਹਟ ਹੁੰਦੀ ਹੈ, ਇੰਨੇ ਕੁ ਜ਼ਿਆਦਾ ਥੋਟਸ ਆਉਂਦੇ ਆ, ਔਰ ਉਹਨਾਂ ਥੋਟਸ ਨੂੰ ਉਸ ਐਂਗਜ਼ਾਇਟੀ ਨੂੰ ਰਿਲੀਵ ਕਰਨ ਦੇ ਵਾਸਤੇ ਆਦਮੀ ਕੁਛ ਐਕਟੀਵਿਟੀ ਕਰਦਾ, ਕੁਛ ਐਕਸ਼ਨ ਕਰਦਾ, ਕਿ ਜਿੱਦਾਂ ਸਫਾਈ ਦੇ ਥੋਟਸ ਹੈ, ਉਹ ਮੇਰਾ ਹੱਥ ਇੱਥੇ ਲੱਗ ਗਿਆ, ਹੱਥ ਗੰਦੇ ਹੋ ਗਏ, ਉਹ ਮੈਂ ਸੋਚੀ ਜਾ ਰਿਹਾ, ਹੱਥ ਗੰਦੇ ਹੋ ਗਏ, ਹੱਥ ਗੰਦੇ ਹੋ ਗਏ, ਪਤਾ ਹੈ ਕਿ ਇੱਥੇ ਕਿਹੜਾ ਕੁਛ ਲੱਗਾ ਹੈ, ਹੱਥ ਗੰਦੇ ਤਾਂ ਹੋਏ ਨਹੀਂ, ਹੱਥ ਤਾਂ ਸਾਫ਼ ਹੈ, ਮੈਂ ਕੋਸ਼ਿਸ਼ ਕਰ ਰਿਹਾ ਰੋਕਣ ਦੀ, ਨਹੀਂ ਸੋਚਣਾ, ਪਰ ਰਿਪੀਟਿਡਲੀ ਆਈ ਜਾ ਰਹੇ ਥੋਟ,
ਔਰ ਇੰਨੀ ਕੁ ਘਬਰਾਹਟ ਪੈਦਾ ਕਰ ਰਹੇ ਕਿ ਫਿਰ ਮੈਂ ਕੀ ਕਰਨਾ, ਜਾ ਕੇ ਫਟਾਫਟ ਹੱਥ ਧੋ ਲੈਣੇ। ਦਿਸ ਇਜ਼ ਕੰਪਲਸ਼ਨ, ਕਿ ਹੱਥ ਧੋਣਾ ਜਿਹੜਾ ਉਹ ਕੰਪਲਸ਼ਨ ਹੈ। ਦੋ ਬਿਮਾਰੀਆਂ ਇਕੱਠੀਆਂ ਹੋ ਗਈਆਂ, ਇੱਕ ਤਾਂ ਥੋਟਸ ਤਾਂ ਆ ਹੀ ਰਹੇ ਸੀ, ਫਿਰ ਐਕਸ਼ਨ ਕਰ ਲਿਆ ਕੰਪਲਸ਼ਨ, ਥੋੜ੍ਹੀ ਦੇਰ ਲਈ ਠੀਕ ਹੋ ਗਿਆ, ਹਾਂ ਹੁਣ ਠੀਕ ਹੈ ਕਿ ਹੱਥ ਧੋ ਲਏ ਹੁਣ ਸਾਫ਼ ਹੋ ਗਏ। ਥੋੜ੍ਹੀ ਦੇਰ ਬਾਅਦ ਫਿਰ ਇਹੀ ਸ਼ੁਰੂ ਹੋ ਗਿਆ, ਫਿਰ ਅੱਛਾ ਹੁਣ ਇੱਥੇ ਲੱਗ ਗਿਆ ਹੱਥ, ਹੁਣ ਫਿਰ ਗੰਦੇ ਹੋ ਗਏ, ਫਿਰ ਉਹੀ ਸਾਈਕਲ ਸ਼ੁਰੂ ਹੋ ਗਿਆ, ਥੋਟਸ ਚੱਲੀ ਜਾ ਰਹੇ, ਫਿਰ ਜਾ ਕੇ ਹੱਥ ਧੋ ਲਏ ਦੁਬਾਰਾ। ਫਿਰ ਇਹ ਇੱਕ ਹੈਬਿਟ ਬਣ ਜਾਂਦੀ ਹੈ ਕਿ ਜਦੋਂ ਮਾੜਾ ਜਿਹਾ ਥੋਟ ਆਇਆ ਹੱਥ ਧੋ ਲਿਆ, ਜਦੋਂ ਮਾੜਾ ਜਿਹਾ ਥੋਟ ਆਇਆ ਹੱਥ ਧੋ ਲਿਆ। ਠੀਕ ਹੈ, ਇਸ ਕਰਕੇ ਆਮ ਤੌਰ 'ਤੇ ਅਸੀਂ ਕੰਪਲਸ਼ਨ ਨੂੰ ਦੇਖਦੇ ਹਾਂ, ਥੋਟਸ ਤਾਂ ਕਿਉਂ ਦਿਖ ਨਹੀਂ ਰਹੇ ਸਾਹਮਣੇ, ਅਸੀਂ ਕਹਿੰਦੇ ਬੰਦਾ ਹੱਥ ਧੋਈ ਜਾਂਦਾ, ਇਹ OCD ਦਾ ਕੇਸ ਹੈ, ਪਰ ਉਹਦੇ ਥੋਟਸ ਜਿਹੜੇ ਆ ਉਹਦੇ ਬਾਰੇ ਤਾਂ ਜਦੋਂ ਪੁੱਛਾਂਗੇ ਫਿਰ ਹੀ ਪਤਾ ਲੱਗੇਗਾ ਨਾ। ਤਾਲੇ ਕੁੰਡੀਆਂ ਚੈੱਕ ਕਰੀ ਜਾਣੇ ਵਾਰ ਵਾਰ ਜਾ ਕੇ, ਅੱਛਾ ਮੈਂ ਕਾਰ ਉੱਥੇ ਖੜੀ ਕੀਤੀ ਸੀ, ਪਤਾ ਨਹੀਂ ਲੌਕ ਕੀਤੀ ਕਿ ਨਹੀਂ, ਇੱਕ ਵਾਰੀ ਜਾ ਕੇ ਦੇਖਿਆ, ਫਿਰ ਵਾਪਸ ਆ ਗਿਆ, ਆ ਕੇ ਬੈਠ ਗਿਆ, ਹਾਂ ਠੀਕ ਹੈ, ਫਿਰ ਤੁਹਾਡੇ ਬਾਅਦ ਪਤਾ ਨਹੀਂ ਚੈੱਕ, ਪਤਾ ਨਹੀਂ ਮੈਂ ਚੰਗੀ ਤਰ੍ਹਾਂ ਚੈੱਕ ਹੋਈ ਕਿ ਨਹੀਂ ਮੇਰੇ, ਫਿਰ ਇੱਕ ਵਾਰੀ ਦੇਖਿਆ ਜਾ ਕੇ, ਫਿਰ ਵਾਪਸ ਆ। ਗੈਸ ਨੋਬਸ ਚੈੱਕ ਕਰੀ ਜਾਣੀਆਂ, ਲਾਈਟ ਦੇ ਸਵਿਚਿਸ ਚੈੱਕ ਕਰੀ ਜਾਣੇ, ਇਹ ਸਾਰੀਆਂ ਚੀਜ਼ਾਂ। ਇਸ ਤੋਂ ਇਲਾਵਾ ਹੋਰ ਬੜੀ ਤਰ੍ਹਾਂ ਦੀ OCD ਹੁੰਦੀ ਹੈ, ਉਹਦੇ ਬਾਰੇ ਨਹੀਂ ਡਿਸਕਸ ਕਰਦੇ, ਪਰ ਰਿਪੀਟਿਡ ਥੋਟਸ ਆਉਣੇ ਔਰ ਉਹਦੇ 'ਤੇ ਐਕਟ ਕਰਨਾ ਇਜ਼ OCD। OCD ਇਹ ਨਹੀਂ ਹੈ ਕਿ ਇੱਕ ਵਾਰੀ ਜਾ ਕੇ ਚੈੱਕ ਕਰਿਆ ਤਾਂ ਥੋਟਸ ਆ, ਉਹ ਤਾਂ ਨੈਚੁਰਲ ਚੀਜ਼ ਹੈ ਨਾ ਕਿ ਮੇਰੀ ਚੀਜ਼ ਹੈ, ਮੈਂ ਪੈਸੇ ਖਰਚੇ ਹੋਏ ਆ, ਮੈਂ ਇੱਕ ਵਾਰੀ ਚੈੱਕ ਕਰ ਲਊਂਗਾ ਤਾਂ ਫਿਰ ਕੀ ਫਗੋ ਚੱਲਿਆ। ਪਰ ਰਿਪੀਟਿਡਲੀ ਵਾਰ 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 ਵਾਰ, ਔਰ ਫਿਰ ਉਹੀ ਗੱਲ ਕਿ ਸਾਈਕੈਟ੍ਰਿਕ ਇਲਨੈਸ ਉਦੋਂ ਹੁੰਦੀ ਹੈ ਕਿ ਜਦੋਂ ਵਿਅਕਤੀ ਨੂੰ ਲੱਗਦਾ ਕਿ ਆਪਣੇ ਆਪ ਨੂੰ ਤੰਗੀ ਹੋ ਰਹੀ ਹੈ, ਆਪਣੇ ਆਸ ਪਾਸ ਦੇ ਲੋਕਾਂ ਨੂੰ ਤੰਗੀ ਹੋ ਰਹੀ ਹੈ, ਕੰਮ ਕਾਰ 'ਚ ਪਰੇਸ਼ਾਨੀ ਹੋ ਰਹੀ, ਆਪਣੇ ਸੁਸਾਇਟੀ ਵਿੱਚ ਪਰੇਸ਼ਾਨੀ ਹੋ ਰਹੀ ਕਿ ਮੈਂ ਤਾਂ ਆਪਣਾ ਕੰਮ ਕਾਰ ਛੱਡ ਕੇ ਤਾਂ ਵਾਰ ਵਾਰ ਗੱਡੀ ਚੈੱਕ ਕਰਨ ਜਾਈ। ਠੀਕ ਹੈ, ਦਿਸ ਇਜ਼ OCD। ਸੋਮੈਟਾਈਜੇਸ਼ਨ ਕਿ ਬਿਨਾਂ ਕਿਸੇ ਕਾਰਨ ਤੋਂ, ਬਿਨਾਂ ਕਿਸੇ ਪ੍ਰੋਬਲਮ ਤੋਂ ਸਰੀਰ ਵਿੱਚ, ਸਿਰ ਵਿੱਚ, ਕਦੀ ਲੱਤਾਂ ਮਾਵਾਂ 'ਚ ਐਵੇਂ ਦਰਦਾਂ ਹੋ ਜਾਣੀਆਂ, ਸੋਮੈਟਿਕ ਪ੍ਰੋਬਲਮਸ ਰਹਿਣਗੀਆਂ। ਟਿਕ ਡਿਸਆਰਡਰਸ ਕਿ ਮਸਲ, ਕਿਸੇ ਮਸਲ ਗਰੁੱਪ ਦੇ ਵਿੱਚ ਐਕਟੀਵਿਟੀ ਵਾਰ ਵਾਰ ਰਿਪੀਟਿਡਲੀ ਕਰੀ ਜਾਣੀ ਜਾਂ ਅਨਇੰਟੈਂਸ਼ਨਲੀ ਆਪਣੇ ਆਪ ਹੋ ਜਾਣੀ, ਆਟੋਮੈਟਿਕਲੀ ਹੋ ਜਾਣੀ। ਕੋਈ ਦੇਖਿਆ ਕੇਸ ਇੱਦਾਂ ਦਾ, ਟਿਕਸ ਦਾ ਕੇਸ, ਇੱਦਾਂ ਇੱਦਾਂ ਕਰਦੇ ਨੇ, ਅੱਖਾਂ ਕਰਦੇ ਰਹਿਣਾ, ਮੋਢਿਆਂ ਕਈਆਂ ਨੂੰ ਆਦਤ ਇੱਦਾਂ ਵਾਰ ਵਾਰ ਕਰਦੇ ਨੇ। ਠੀਕ ਹੈ, ਦਿਸ ਆਰ ਟਿਕਸ, ਟਿਕ ਡਿਸਆਰਡਰ। ਐਂਗਜ਼ਾਇਟੀ ਦੇ ਵਿੱਚ ਟਿਕਸ ਜਿਹੜੇ ਆ ਹੋਰ ਜ਼ਿਆਦਾ ਵੱਧ ਜਾਂਦੇ। ਐਨਯੂਰੈਸਿਸ, ਬੈੱਡ ਵੈਟਿੰਗ ਪੜਿਆ ਸੀ, ਬੈੱਡ ਵੈਟਿੰਗ 7 ਸਾਲ ਦੀ ਉਮਰ ਤੋਂ ਜ਼ਿਆਦਾ ਹੋ ਜਾਏ ਤਾਂ ਉਹਨੂੰ ਕਹਿੰਦੇ ਸੀ ਐਨਯੂਰੈਸਿਸ। ਐਂਕੋਪੈਰੇਸਿਸ, ਸਟੂਲ ਪਾਸ ਕਰਨਾ 3 ਸਾਲ ਦੀ ਉਮਰ ਤੋਂ ਬਾਅਦ, ਸਟੂਲ ਪਾਸ ਕਰਨ ਦੀ ਏਜ 3 ਈਅਰਸ ਹੈ। ਫੀਡਿੰਗ ਡਿਸਆਰਡਰ, ਐਨੋਰੈਕਸੀਆ, ਖਾਣਾ ਪੀਣਾ ਛੱਡ ਦਿੰਦੇ, ਬੁਲੀਮੀਆ, ਜ਼ਿਆਦਾ ਖਾਈ ਜਾਣਾ, ਪਾਈਕਾ, ਪਾਈਕਾ ਕੀ ਹੁੰਦਾ, ਨੋਨ ਐਡੀਬਲ ਚੀਜ਼ਾਂ ਖਾਣੀਆਂ ਜਿਹੜੀਆਂ ਖਾਣ ਵਾਸਤੇ ਨਹੀਂ ਬਣੀਆਂ ਹੋਈਆਂ ਉਹ ਖਾਣੀਆਂ ਸ਼ੁਰੂ ਕਰ ਦੇਣਾ। ਸਟੈਮਰਿੰਗ, ਬੋਲਣ ਵਿੱਚ ਰੁਕ ਰੁਕ ਕੇ ਬੋਲਣਾ, ਤਤਲਾ ਕੇ ਬੋਲਣਾ, ਅਲੱਗ ਅਲੱਗ ਤਰ੍ਹਾਂ ਦੀ ਸਟੈਮਰਿੰਗ ਹੁੰਦੀ ਹੈ। ਜੈਂਡਰ ਆਈਡੈਂਟੀ ਡਿਸਆਰਡਰ, ਇਹ ਦੱਸਿਆ ਸੀ ਮੈਂ ਕਿ ਜੈਂਡਰ ਆਈਡੈਂਟੀ ਐਂਡ ਜੈਂਡਰ ਰੋਲ ਜਦ ਬੱਚੇ ਨੂੰ ਨਹੀਂ ਦੱਸਾਂਗੇ ਤਾਂ ਬਾਅਦ ਵਾਲੀ ਲਾਈਫ ਵਿੱਚ ਉਹਦੇ ਲਈ ਪ੍ਰੋਬਲਮਸ ਖੜੀਆਂ ਹੋ ਜਾਂਦੀਆਂ ਕਿ ਜੈਂਡਰ ਆਈਡੈਂਟੀ ਡਿਸਆਰਡਰ ਪੈਦਾ ਹੋ ਜਾਂਦੇ ਬੱਚੇ। ਐਪੀਲੈਪਸੀ, ਮਿਰਗੀ, ਬਹੁਤ ਅਲੱਗ ਅਲੱਗ ਤਰ੍ਹਾਂ ਦੇ ਫਿਟਸ ਹੁੰਦੇ ਹੈ, ਅਲੱਗ ਅਲੱਗ ਤਰ੍ਹਾਂ ਦੀ ਐਪੀਲੈਪਸੀ ਹੁੰਦੀ ਹੈ, ਐਬਸੈਂਸ ਸੀਜ਼ਰਸ ਵੀ ਹੁੰਦੇ, ਜਨਰਲਾਈਜ਼ ਸੀਜ਼ਰਸ ਵੀ ਹੁੰਦੇ ਕਿ ਪੂਰੀ ਬਾਡੀ ਜਿਹਦੇ ਵਿੱਚ ਸ਼ੇਕ ਕਰ ਜਾਂਦੀ ਹੈ, ਅੱਖਾਂ ਪੁੱਠੀਆਂ ਹੋ ਜਾਂਦੀਆਂ, ਦੰਦਲ ਪੈ ਜਾਂਦੀ ਹੈ, ਦੰਦ ਜੀਭ ਕੁੱਟੀ ਜਾਂਦੀ ਹੈ, ਫਿਰ ਜਿਹੜਾ ਮੂੰਹ 'ਚੋਂ ਝਾਗ ਆਉਣੀ ਸ਼ੁਰੂ ਹੋ ਜਾਂਦੀ ਹੈ, ਹੱਥ ਪੈਰ ਇਕੱਠੇ ਹੋ ਜਾਂਦੇ, ਫਿਰ ਕੰਬਦੇ ਹੈ, ਕਿੰਨੀ ਕੁ ਦੇਰ ਰਹਿੰਦਾ ਇਹ ਸਾਰਾ ਕੁਛ, ਕਿੰਨੀ ਕੁ ਦੇਰ ਲਈ ਕੈਪੀਲੈਪਟਿਕ ਫਿਟ ਜਿਹੜਾ ਉਹ ਕਿੰਨੀ ਕੁ ਦੇਰ ਲਈ ਰਹਿੰਦਾ, ਫਿਊ ਸੈਕਿੰਡਸ, ਅਤੇ ਉਹਨੂੰ ਜਦੋਂ ਫਿਟ ਸ਼ੁਰੂ ਹੋ ਉਹਦੇ ਵਾਸਤੇ ਕੀ ਕਰਨਾ ਹੁੰਦਾ, ਆਪਾਂ ਕਿੱਦਾਂ ਕੰਟਰੋਲ ਕਰਦੇ ਹਾਂ, ਮੂੰਹ ਵਿੱਚ ਪਾਉਣਾ ਹੁੰਦਾ ਕੁਛ, ਤਿੰਨੇ ਦੰਦਲ ਕਿਉਂ ਨਹੀਂ ਤੋੜਨੀ, ਕਦੇ ਵੀ ਇੱਕ ਚੀਜ਼ ਯਾਦ ਰੱਖਿਓ, ਜਿਹੜਾ ਇੱਕ ਵਾਰੀ ਦੌਰਾ ਸ਼ੁਰੂ ਹੋ ਗਿਆ, ਫਿਟ ਜਿਹੜਾ ਸ਼ੁਰੂ ਹੋ ਗਿਆ, ਉਹਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੀ। ਠੀਕ ਹੈ, ਆਮ ਤੌਰ 'ਤੇ ਜਿਹੜਾ ਅਸੀਂ ਕਹਿੰਦੇ ਨਾ ਕਿ ਮੂੰਹ 'ਚ ਚਮਚ ਪਾਇਆ ਜੀ, ਦੰਦਲ ਤੋੜੀ ਤਾਂ ਠੀਕ ਹੋਇਆ ਜਾ ਕੇ, ਉਹ ਤਾਂ ਵੈਸੇ ਹੀ ਠੀਕ ਹੋ ਜਾਣਾ ਸੀ, ਮੈਂ ਕਿਹਾ ਤਾਂ ਹੈ ਫਿਊ ਸੈਕਿੰਡਸ ਵਾਸਤੇ ਤਾਂ ਫਿੱਟ ਹੁੰਦਾ, ਉਹ ਆਪਣੇ ਆਪ ਠੀਕ ਹੋ ਜਾਣਾ ਸੀ। ਜਦੋਂ ਇੱਦਾਂ ਇੱਦਾਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦੇ ਉਹਦੇ ਨਾਲ ਇੰਜਰੀ ਹੋਣ ਦੇ ਚਾਂਸਿਸ ਵਾਸਤੇ, ਕਿ ਕਲੈਂਚਿੰਗ ਇੰਨੀ ਕੁ ਜ਼ਿਆਦਾ ਸਟਰੋਂਗ ਹੋਈ ਹੁੰਦੀ ਹੈ, ਇੰਨੀ ਕੁ ਜ਼ਿਆਦਾ ਜ਼ੋਰ ਨਾਲ ਹੋਈ ਹੁੰਦੀ ਕਿ ਚਮਚ ਟੁੱਟ ਸਕਦਾ, ਕੋਈ ਵੀ ਚੀਜ਼ ਮੂੰਹ 'ਚ ਟੁੱਟ ਸਕਦੀ, ਤਾਂ ਅੰਦਰ ਵਿੰਡ ਪਾਈਪ ਵਿੱਚ ਚਲੇਗੀ ਤਾਂ ਖਤਮ ਹੀ ਹੋ ਜਾਣਾ ਬੰਦਾ। ਠੀਕ ਹੈ, ਸੋ ਇਸ ਕਰਕੇ ਕਦੇ ਵੀ ਮੂੰਹ ਦੇ ਵਿੱਚ ਕੁਛ ਨਹੀਂ ਪਾਉਣਾ, ਦੰਦਲ ਤੋੜਨ ਦੀ ਕੋਸ਼ਿਸ਼ ਨਹੀਂ ਕਰਨੀ, ਮੂੰਹ 'ਚ ਪਾਣੀ ਨਹੀਂ ਪਾਉਣਾ, ਕੁਛ ਵੀ ਨਹੀਂ ਕਰਨਾ, ਸਿਰਫ ਉਸ ਪਰਸਨ ਨੂੰ ਸਾਈਡ ਦੇ ਕੇ ਲਟਾ ਦੇਣਾ। ਇਹ ਖਿਆਲ ਰੱਖਣਾ ਕਿ ਉਹਨੂੰ ਕੋਈ ਇੰਜਰੀ ਨਾ ਹੋ ਜਾਵੇ,
ਉਹਦੀ ਜਿਹੜੀ ਬਰੀਦਿੰਗ ਹੈ ਕੋਈ ਸਾਈਡ ਦੇ ਕੇ ਜਦੋਂ ਅਸੀਂ ਲਟਾ ਦਿੰਦੇ ਹਾਂ ਉਹਦੇ ਨਾਲ ਕੀ ਹੁੰਦਾ ਕਿ ਬਰੀਦਿੰਗ ਉਹਦੀ ਜਿਹੜੀ ਹੈ ਉਹ ਆਰਾਮ ਨਾਲ ਚੱਲਦੀ ਨਹੀਂ ਤਾਂ ਕਈ ਵਾਰੀ ਹੁੰਦਾ ਜੀ ਪਿੱਛੇ ਨੂੰ ਚਲੀ ਜਾਂਦੀ ਹੈ ਉਹ ਵਿੰਡ ਪਾਈਪ ਨੂੰ ਬਲੌਕ ਕਰ ਦਿੰਦੀ ਹੈ ਤਾਂ ਸਾਹ ਰੁਕ ਸਕਦਾ ਸੋ ਸਾਈਡ 'ਤੇ ਇਸ ਕਰਕੇ ਲਟਾ ਦਿੰਦੇ ਹਾਂ ਅਸੀਂ ਕਿ ਜਿਹੜੀ ਜੀਭ ਸਾਈਡ ਨੂੰ ਆ ਜਾਏ ਅਤੇ ਬਲੌਕ ਨਾ ਹੋਵੇ ਕੁਛ ਸਾਹ ਜਿਹੜਾ ਉਹ ਨੋਰਮਲ ਚੱਲ ਜਿਹੜੇ ਮੂੰਹ 'ਚ ਨੱਕ 'ਚੋਂ ਝੱਗ ਆਈ ਹੋਈ ਹੈ ਉਹ ਸਾਫ਼ ਕਰਦੇ ਨਹੀਂ ਕਿ ਬਰੀਦਿੰਗ ਨਾ ਰੁਕੇ ਕਿਸੇ ਤਰ੍ਹਾਂ ਬਰੀਦ ਜਿਹੜਾ ਦੌਰਾ ਹੋ ਗਿਆ ਸ਼ੁਰੂ ਆਪਣੇ ਆਪ ਹੀ ਸ਼ੁਰੂ ਹੋਇਆ ਆਪਣੇ ਆਪ ਹੀ ਖਤਮ ਹੋਣਾ ਹਾਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਰਿਪੀਟਿਡਲੀ ਹੋਣੇ ਸ਼ੁਰੂ ਹੋ ਜਾਂਦੇ ਤਾਂ ਉਸ ਵਾਸਤੇ ਟ੍ਰੀਟਮੈਂਟ ਜਿਹੜੀ ਸ਼ੁਰੂ ਕਰਨੀ ਹੁੰਦੀ ਹੈ ਆਮ ਤੌਰ 'ਤੇ ਜਦੋਂ ਵੀ ਇੱਦਾਂ ਪੇਸ਼ੈਂਟ ਆਉਂਦਾ ਤਾਂ ਉਹਨੂੰ ਜਦੋਂ ਇੱਕ ਵਾਰੀ ਫਿੱਟ ਹੈ ਕਿ ਜਿਹੜੇ ਅਗਲੇ ਦੌਰੇ ਜਿਹੜੇ ਅਗਲੇ ਫਿੱਟਸ ਪ੍ਰੀਵੈਂਟ ਕਰਨ ਦੇ ਵਾਸਤੇ ਠੀਕ ਆਮ ਤੌਰ 'ਤੇ ਕੋਈ ਬ੍ਰੇਨ ਦੇ ਵਿੱਚ ਸਟਰਕਚਰਲ ਪ੍ਰੋਬਲਮ ਐਨਾਟੋਮਿਕਲ ਪ੍ਰੋਬਲਮ ਨਾ ਹੋਵੇ ਤਾਂ ਫਸਟ ਫਿੱਟ ਤੋਂ ਬਾਅਦ ਮੈਡੀਸਿਨ ਆਮ ਤੌਰ 'ਤੇ ਨਹੀਂ ਸ਼ੁਰੂ ਕੀਤੀ ਜਾਂਦੀ ਅਨਟਿਨਸ ਪੇਰੈਂਟਸ ਆ ਕੇ ਇਨਸਿਸਟ ਕਰਦੇ ਕਿ ਨਹੀਂ ਜੀ ਅਸੀਂ ਤਾਂ ਡਿਸਕ ਲੈਣਾ ਹੀ ਨਹੀਂ ਜੀ ਅਸੀਂ ਤਾਂ ਹੁਣੇ ਦਵਾਈ ਸ਼ੁਰੂ ਕਰਨੀ ਆਮ ਤੌਰ 'ਤੇ ਇੱਕ ਫਿੱਟ ਤੋਂ ਬਾਅਦ ਔਰ ਐਪੀਲੈਪਸੀ ਇੱਕ ਫਿੱਟ ਨੂੰ ਐਪੀਲੈਪਸੀ ਨਹੀਂ ਕਹਿੰਦੇ ਰਿਪੀਟਿਡਲੀ ਹੁੰਦਾ ਰਹੇ ਤਾਂ ਸੀਜ਼ਰਸ ਹੁੰਦੇ ਰਹਿਣ ਤਾਂ ਅਸੀਂ ਉਹਨੂੰ ਕਹਿੰਦੇ ਐਪੀਲੈਪਸੀ ਇੱਦਾਂ ਥੋੜ੍ਹੀ ਦੇਰ ਇੱਦਾਂ ਬੈਠਾ ਰਿਹਾ ਇੱਕ ਟੱਕ ਦੇਖਦਾ ਰਿਹਾ ਕੁਛ ਨਹੀਂ ਕੀਤਾ ਵੀ ਇੱਕ ਦੋ ਚਾਰ ਪੰਜ ਸੈਕਿੰਡਸ ਲਈ ਬਿਲਕੁਲ ਗੁੰਮ ਹੋ ਗਿਆ ਜਿਹਨੂੰ ਕਹਿੰਦੇ ਨਾ ਗੁੰਮ ਹੋ ਗਿਆ ਉਸ ਤੋਂ ਬਾਅਦ ਆਪਣੇ ਆਪ ਠੀਕ ਹੋ ਗਿਆ ਕਈ ਵਾਰੀ ਇਹ ਚੀਜ਼ ਪਤਾ ਹੀ ਨਹੀਂ ਚੱਲਦੀ ਪੇਰੈਂਟਸ ਨੂੰ ਵੀ ਪਤਾ ਨਹੀਂ ਕਿ ਆਮ ਕਈ ਵਾਰੀ ਇੱਦਾਂ ਹੁੰਦਾ ਕਿ ਸਾਰੀ ਫੈਮਿਲੀ ਟੀ ਵੀ ਦੇਖਦੀ ਵੀ ਬੈਠੇ ਤਾਂ ਵਿੱਚ ਬੱਚੇ ਨੂੰ ਆਵਾਜ਼ ਦਿੱਤੇ ਤਾਂ ਉਹ ਇੱਦਾਂ ਬਸ ਇੱਕ ਟੱਕ ਦੇਖੀ ਜਾ ਰਿਹਾ ਹੁਣ ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਇਹਨੂੰ ਤਾਂ ਕੁਛ ਹੋਇਆ ਕੌਜ਼ ਕਈ ਵਾਰੀ ਤਾਂ ਆਮ ਕਾਫੀ ਵਾਰ ਤਾਂ ਜਿਹੜੀ ਐਪੀਲੈਪਸੀ ਹੈ ਉਹ ਇਡੀਓਪੈਥਿਕ ਹੁੰਦੀ ਕਿ ਬਿਨਾਂ ਕਿਸੇ ਕਾਰਨ ਤੋਂ ਕਈ ਵਾਰੀ ਜਦੋਂ ਫਿਰ ਸੀ ਟੀ ਸਕੈਨ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਨੀਰੋਸਿਸਟਿਸ ਸਰਕੋਸਿਸ ਸੁਣਿਆ ਉਹਦੇ ਵਿੱਚ ਕੋਈ ਦਿਮਾਗ ਵਿੱਚ ਕੀੜਾ ਆ ਗਿਆ ਟੇਪ ਵਾਰਮ ਜਿਹਨੂੰ ਅਸੀਂ ਕਹਿੰਦੇ ਉਹ ਆ ਗਿਆ ਜਾਂ ਹੋਰ ਕੋਈ ਸਟਰਕਚਰਲ ਪ੍ਰੋਬਲਮ ਆ ਗਈ ਉਹਦੇ ਕਰਕੇ ਹੋ ਸਕਦੀ ਔਰ ਕਈ ਵਾਰੀ ਡਰੱਗਸ ਦੇ ਕਰਕੇ ਹੋ ਜਾਂਦਾ ਹੁੰਦਾ ਕੀ ਹੈ ਫਿੱਟ ਜਿਹੜਾ ਪੈਂਦਾ ਹੁੰਦਾ ਕੀ ਹੈ ਉਹਦੇ 'ਚ ਘਰ ਦੇ ਵਿੱਚ ਇਲੈਕਟ੍ਰਿਕ ਵਾਇਰਿੰਗ ਲੱਗੀ ਹੁੰਦੀ ਨਾ ਆਪਣੇ ਕੋਈ ਇੱਕ ਜਗ੍ਹਾ 'ਤੇ ਕਿਤੇ ਸਪਾਰਕ ਹੋਇਆ ਸਪਾਰਕ ਹੋ ਕੇ ਸਾਰੇ ਘਰ ਵਿੱਚ ਚੱਲ ਫੈਲ ਜਾਂਦਾ ਨਾ ਜੇ ਅੰਟਿਲ ਅਨਲੈਸ ਅਸੀਂ ਐਮ ਸੀ ਬੀ ਨਹੀਂ ਲਾਏ ਹੋਏ ਨਹੀਂ ਤਾਂ ਐਮ ਸੀ ਬੀ ਉਹਨੂੰ ਕੰਟਰੋਲ ਕਰ ਲੈਂਦਾ ਨਾ ਇਸੇ ਤਰ੍ਹਾਂ ਹੀ ਬ੍ਰੇਨ ਦੇ ਵਿੱਚ ਹੁੰਦਾ ਕਿ ਕੋਈ ਇੱਕ ਸੈੱਲ ਛੋਟਾ ਜਿਹਾ ਨਿਊਰੋਨ ਜਿਹੜਾ ਹੈ ਜਿਹੜਾ ਕਿਸੇ ਇਨਵੈਸਟੀਗੇਸ਼ਨ ਕਿਸੇ ਟੈਸਟ ਵਿੱਚ ਨਹੀਂ ਦਿਖਣਾ ਕਿ ਕਿਹੜਾ ਨਿਊਰੋਨ ਖਰਾਬ ਹੈ ਉਹਦੇ ਵਿੱਚ ਉਹ ਡੈਮੇਜ ਹੋਇਆ ਹੈ ਉਹਦੇ ਵਿੱਚ ਸਪਾਰਕ ਹੋਇਆ ਸਪਾਰਕ ਨੇ ਸਾਰੀ ਬਾਡੀ ਵਿੱਚ ਸਾਰੇ ਬ੍ਰੇਨ ਦੇ ਵਿੱਚ ਸ਼ੁਰੂ ਹੋ ਕੇ ਸਾਰੀ ਬਾਡੀ ਦੇ ਵਿੱਚ ਉਹਨੇ ਸਪਾਰਕ ਜਿਹੜਾ ਉਹ ਅੱਗੇ ਫੈਲ ਗਿਆ ਸਰ ਜਿਸ ਕਰਕੇ ਕਿ ਫਿੱਟ ਸ਼ੁਰੂ ਹੋਇਆ ਠੀਕ ਉਹ ਡਿਪੈਂਡ ਕਰਦਾ ਕਿ ਨਿਊਰੋਨ ਕਿੱਥੇ ਪਿਆ ਹੈ ਕਿਹੜੇ ਬ੍ਰੇਨ ਦੇ ਕਿਹੜੇ ਪਾਰਟ ਦੇ ਵਿੱਚ ਪਿਆ ਹੈ ਐਪੀਲੈਪਸੀ ਦਾ ਕੋਈ ਫਾਇਦਾ ਹੁੰਦਾ ਕੋਈ ਫਾਇਦਾ ਹੈ ਐਪੀਲੈਪਸੀ ਦਾ ਜਾਂ ਅਸੀਂ ਇਹਨੂੰ ਕਿਸੇ ਫਾਇਦੇ ਵਾਸਤੇ ਯੂਜ਼ ਕਰਦੇ ਈ ਸੀ ਟੀ ਕਿਉਂ ਯੂਜ਼ ਕਰਦੇ ਈ ਸੀ ਟੀ ਈ ਸੀ ਟੀ ਦਾ ਕੀ ਕੰਸੈਪਟ ਸੀ ਅਸੀਂ ਬੇਸਿਕਲੀ ਈ ਸੀ ਟੀ ਇਲੈਕਟ੍ਰੋ ਕਨਵਲਸਿਵ ਥੈਰੇਪੀ ਕਨਵਲਜਨਸ ਦੇ ਰਹੇ ਹਾਂ ਨਾ ਇਲੈਕਟ੍ਰੀਕਲੀ ਕਨਵਲਜਨਸ ਦੇ ਰਹੇ ਹਾਂ ਕਿਉਂ ਦਿੰਦੇ ਐਕਸੀਡੈਂਟਲ ਫਾਈਂਡਿੰਗ ਹੈ ਕਿ ਇਹ ਦੇਖਿਆ ਗਿਆ ਕਿ ਜਿਨ੍ਹਾਂ ਦੇ ਕੇਸਿਸ ਦੇ ਵਿੱਚ ਸਿਵੀਅਰ ਸਾਈਕੈਟ੍ਰਿਕ ਇਲਨੈਸ ਸੀਗੀ ਸਿਵੀਅਰ ਸਾਈਕੈਟ੍ਰਿਕ ਪ੍ਰੋਬਲਮ ਸੀਗੀਆਂ ਕੋਈ ਇੱਕ ਕੇਸ ਇੱਦਾਂ ਦਾ ਆ ਗਿਆ ਕਿ ਜਿਹਦੇ ਵਿੱਚ ਐਪੀਲੈਪਟਿਕ ਫਿੱਟ ਪਿਆ ਬੰਦੇ ਨੂੰ ਅਤੇ ਉਸ ਤੋਂ ਬਾਅਦ ਉਹ ਠੀਕ ਹੋਣਾ ਸ਼ੁਰੂ ਹੋ ਗਿਆ ਕਿ ਇਹ ਲੱਗਿਆ ਕਿ ਹਾਂ ਇਹਦਾ ਐਪੀਲੈਪਸੀ ਨਾਲ ਤਾਂ ਕੋਈ ਫਾਇਦਾ ਹੋ ਰਿਹਾ ਇਹਨੂੰ ਕਿ ਜਿਹੜੇ ਕੇਸਿਸ ਦੇ ਵਿੱਚ ਐਪੀਲੈਪਟਿਕ ਫਿੱਟ ਆ ਜਾਂਦਾ ਹੈ ਉਹਨਾਂ ਵਿੱਚ ਸਿਵੀਅਰ ਸਾਈਕੈਟ੍ਰਿਕ ਇਲਨੈਸ ਉਹ ਠੀਕ ਹੋਣੀ ਸ਼ੁਰੂ ਹੋ ਜਾਂਦੀ ਸੋ ਉਸ ਚੀਜ਼ ਨੂੰ ਯੂਟੀਲਾਈਜ਼ ਕੀਤਾ ਗਿਆ ਈ ਸੀ ਟੀ ਦੇ ਵਿੱਚ ਕਿ ਕਿਉਂ ਨਾ ਅਸੀਂ ਜਿਹੜੇ ਸਿਵੀਅਰ ਸਾਈਕੈਟ੍ਰਿਕ ਇਲਨੈਸ ਵਾਲੇ ਕੇਸਿਸ ਹੈ ਉਹਨਾਂ ਨੂੰ ਅਸੀਂ ਆਰਟੀਫਿਸ਼ਲੀ ਇਲੈਕਟ੍ਰੀਕਲੀ ਕਨਵਲਜਨਸ ਦਈਏ ਠੀਕ ਹੈ ਐਸੇ ਕੇਸਿਸ ਕਿ ਜਿਹੜੇ ਸੁਸਾਈਡਲ ਹੈ ਐਸੇ ਕੇਸਿਸ ਕੈਟਾਟੋਨਿਕ ਜਿਹੜੇ ਖਾਣਾ ਪੀਣਾ ਛੱਡ ਦਿੱਤਾ ਬਿਲਕੁਲ ਕਿਸੇ ਨਾਲ ਗੱਲਬਾਤ ਨਹੀਂ ਕਰ ਰਹੇ ਨਾਲਾਂ ਧੋਣਾ ਛੱਡ ਦਿੱਤਾ ਪਏ ਰਹਿੰਦੇ ਸਾਰਾ ਦਿਨ ਇੱਕੋ ਹੀ ਥਾਂ 'ਤੇ ਪਏ ਤਾਂ ਪਏ ਲੈਟਰਿਨ ਬਾਥਰੂਮ ਵਿੱਚ ਹੀ ਕਰੀ ਜਾ ਰਹੇ ਇਹੋ ਜਿਹੇ ਕੇਸਿਸ ਜਿਹੜੇ ਹੈ ਜਾਂ ਬਹੁਤ ਜ਼ਿਆਦਾ ਸਵੀਅਰ ਮੀਨੀਆਂ ਦੇ ਕੇਸਿਸ ਜਿਹੜੇ ਹੋਮਿਸਾਈਡਲ ਜਿਹੜੇ ਕਿਸੇ ਨੂੰ ਮਾਰਨ ਤੱਕ ਚਲੇ ਜਾਂਦੇ ਹੈ ਬਹੁਤ ਸਵੀਅਰ ਕੇਸਿਸ ਸਕਿਜ਼ੋਫਰੀਨੀਆ ਦੇ ਕੇਸਿਸ ਉਹਨਾਂ ਕੇਸਿਸ ਦੇ ਵਿੱਚ ਈ ਸੀ ਟੀ ਸ਼ੁਰੂ ਕੀਤੀ ਗਈ ਕਿ ਇਹਨਾਂ ਨੂੰ ਬਾਹਰੋਂ ਅਸੀਂ ਸਟਿਮੂਲਸ ਦੇ ਕੇ ਇਲੈਕਟ੍ਰੋਡਸ ਲਾਏ ਜਾਂਦੇ ਇੱਥੇ ਜਿਹਨੂੰ ਤਾਂ ਫਿਲਮਾਂ 'ਚ ਦਿਖਾਉਂਦੇ ਉੱਦਾਂ ਨਹੀਂ ਹੁੰਦਾ ਕਦੀ ਦੇਖਿਆ ਹੈ ਦੇਖਿਆ ਨਾ ਫਿਲਮਾਂ ਵਾਲਾ ਤਾਂ ਨਹੀਂ ਨਾ ਹੁੰਦਾ ਉਹਦੇ 'ਚ ਤਾਂ ਦਿਖਾਉਂਦੇ ਮੂੰਹ 'ਚ ਲਾ ਕੇ ਤਾਂ ਤੜਪਦਾ ਹੁੰਦਾ ਪੇਸ਼ੈਂਟ ਫੜ ਕੇ ਬੈਠੇ ਇੱਦਾਂ ਨਹੀਂ ਹੁੰਦਾ ਹੁਣ ਤਾਂ ਵੈਸੇ ਮੋਡੀਫਾਈਡ ਈ ਸੀ ਟੀ ਆ ਗਈ ਹੈ ਕਿ ਅੰਡਰ ਐਨੈਸਥੀਜ਼ੀਆ ਦਿੰਦੇ ਹੈ ਕਿ ਪੇਸ਼ੈਂਟ ਨੂੰ ਤਾਂ ਪਤਾ ਵੀ ਨਹੀਂ ਲੱਗਦਾ ਕੀ ਹੋਇਆ ਸਿਰਫ ਇੱਕ ਜਗ੍ਹਾ ਤੋਂ ਪਤਾ ਲੱਗਦਾ ਸਾਨੂੰ ਕਿ ਫਿੱਟ ਸ਼ੁਰੂ ਹੋਇਆ ਔਰ ਚੱਲ ਰਿਹਾ ਖਤਮ ਹੋ ਗਿਆ ਕਿੱਥੋਂ ਪਤਾ ਲੱਗਦਾ ਜਾਂ ਤਾਂ ਈ ਜੀ ਕਰੀ ਕਰਾਂਗੇ ਨਾਲ ਅਸੀਂ ਈ ਸੀ ਟੀ ਮਸ਼ੀਨ ਦੇ ਨਾਲ ਈ ਜੀ ਮਸ਼ੀਨ ਲੱਗੀ ਹੁੰਦੀ ਹੈ ਉਹ ਤੋਂ ਪਤਾ ਲੱਗਦਾ ਨਹੀਂ ਤਾਂ ਅਦਰਵਾਈਜ਼ ਕੀ ਕਰਦੇ ਹੈ ਪੈਰ ਦੇ ਅੰਗੂਠੇ ਨੂੰ ਬੰਨ ਦਿੰਦੇ ਟੋਰਨੀਕੁਏਟਰ ਨਾਲ ਟਾਈਟਲੀ ਕਿ ਤਾਂ ਕਿ ਜਿਹੜੀ ਮੈਡੀਸਿਨ ਜਿਹੜੀ ਜਨਰਲ ਐਨਸਥੀਜ਼ੀਆ ਵਾਲੀ ਮੈਡੀਸਿਨ ਦਿੱਤੀ ਹੈ ਉੱਥੇ ਤੱਕ ਨਾ ਪਹੁੰਚੇ
ਜਦੋਂ ਫਿਟ ਇੰਡਿਊਸ ਹੋਇਆ ਉਹ ਜਿਹੜਾ ਥੰਬ ਗ੍ਰੇਡ ਟੂ ਹੈ ਉਹਨੇ ਹਿੱਲਣਾ ਸ਼ੁਰੂ ਕਰ ਦੇਣਾ, ਉਹ ਗ੍ਰੇਡ ਟੂ ਨੇ ਹਿੱਲਣਾ ਸ਼ੁਰੂ ਕਰ ਦੇਣਾ ਫਿਟਸ ਦੇ ਵਾਂਗੂ, ਔਰ ਆਪਣੇ ਆਪ ਜਦੋਂ ਰੁਕ ਜਾਣਾ ਇਹਦਾ ਮਤਲਬ ਕਿ ਫਿਟ ਇੰਡਿਊਸ ਹੋਇਆ ਔਰ ਖਤਮ ਹੋ ਗਿਆ, ਠੀਕ। ਔਰ ਬਹੁਤ ਸਾਰੇ ਕੇਸਿਸ ਵਿੱਚ ਇਹਦੇ 'ਚ ਇਹਦੇ ਨਾਲ ਫਾਇਦਾ ਹੁੰਦਾ, ਤਾਂ ਮੈਂ ਪੁੱਛਿਆ ਸੀ ਐਪੀਲੈਪਸੀ ਦਾ ਕੋਈ ਫਾਇਦਾ ਹੈ, ਇਹ ਫਾਇਦਾ ਹੁੰਦਾ। ਹੁਣ ਕਿਉਂਕਿ ਮੈਡੀਸਿਨਸ ਬਹੁਤ ਵਧੀਆ ਵਧੀਆ ਤਰ੍ਹਾਂ ਦੀਆਂ ਆ ਗਈਆਂ, ਬਹੁਤ ਸਟਰੋਂਗ ਮੈਡੀਸਿਨਸ ਵੀ ਆ ਗਈਆਂ, ਬਹੁਤ ਸੇਫ ਮੈਡੀਸਿਨਸ ਵੀ ਆ ਗਈਆਂ, ਇਸ ਕਰਕੇ ECT ਬਹੁਤ ਰੇਅਰ ਬਹੁਤ ਘੱਟ ਯੂਜ਼ ਕੀਤੀ ਜਾਂਦੀ ਹੈ, ਅਸੀਂ ਕਰਦੇ ਹੀ ਨਹੀਂ ਹੈ ECT ਯੂਜ਼। ਕੋਈ ਵੀ ਸਾਈਕੈਟ੍ਰਿਕ ਇਲਨੈਸ ਟ੍ਰੀਟ ਕਰਨੀ ਹੈ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਮੈਂਟਲ ਟ੍ਰਾਡੀਸ਼ਨ ਰੂਲ ਆਊਟ ਕਰ ਲਈ ਜਾਏ। ਜੇ ਕੋਈ ਕੇਸ ਮੈਂਟਲ ਟ੍ਰਾਡੀਸ਼ਨ ਦਾ ਤਾਂ ਇਹਦਾ ਮਤਲਬ ਕਿ ਬਾਕੀ ਇਲਨੈਸਿਸ ਸਾਰੀਆਂ ਸੈਕੈਂਡਰੀ ਹੈ। ਫਾਰਮੈਕੋਥੈਰੇਪੀ ਮੈਡੀਸਿਨਸ ਦੇ ਨਾਲ, ਸਾਈਕੋਥੈਰੇਪੀ ਕਾਉਂਸਲਿੰਗ ਦੇ ਨਾਲ, ਪੋਜ਼ਿਟਿਵ ਰੀਇਨਫੋਰਸਮੈਂਟ, ਨੈਗੇਟਿਵ ਰੀਇਨਫੋਰਸਮੈਂਟ, ਪਨਿਸ਼ਮੈਂਟ ਵੀ ਹੋ ਸਕਦੀ ਹੈ, ਬਟ ਬਹੁਤ ਰੇਅਰਲੀ, ਆਮ ਤੌਰ 'ਤੇ ਯੂਜ਼ ਕੀਤੀ ਨਹੀਂ ਜਾਂਦੀ। ਇਕੱਠਿਆਂ ਨੂੰ ਕੰਬਾਈਨ ਕਰਕੇ ਕੀਤਾ ਜਾਏ ਸਾਈਕੋਥੈਰੇਪੀ ਐਂਡ ਫਾਰਮੈਕੋਥੈਰੇਪੀ ਤਾਂ ਰਿਜ਼ਲਟਸ, ਬੈਸਟ ਰਿਜ਼ਲਟਸ ਫਿਰ ਆ। ਸਾਡੇ ਕੋਲ ਇੱਥੇ ਕਾਉਂਸਲਰ ਦੀ ਬਹੁਤ ਵਧੀਆ ਟੀਮ ਹੈ, ਬਹੁਤ ਮਿਹਨਤ ਕਰਦੇ ਹੈ, ਚਾਹੇ ਅਲੱਗ ਅਲੱਗ ਪ੍ਰੋਜੈਕਟਸ ਵਿੱਚ ਹੈ ਪਰ ਸੈਕਟਰੀ ਦਾ ਕੰਮ ਵੀ ਨਾਲ ਕਰਦੇ। ਕੋਈ ਵੀ ਸੈਕਟਰੀ ਦੇ ਵਿੱਚ ਕੋਈ ਕਾਉਂਸਲਰ ਨਹੀਂ ਹੈ ਪਰ ਇਹ ਸੈਕਟਰੀ ਦਾ ਕੰਮ ਨਾਲ ਕਰਦੇ, ਠੀਕ। ਕੋਈ ਇਨ ਕੇਸ ਤੁਹਾਨੂੰ ਕੋਈ ਪੇਸ਼ੈਂਟ ਇੱਦਾਂ ਦਾ ਹੋਏ, ਤੁਹਾਨੂੰ ਤੁਹਾਡੇ ਕੰਟੈਕਟ ਵਿੱਚ ਆਏ, ਈਵਨ ਕਿ ਘਰ ਵਿੱਚ ਕਿਸੇ ਫੈਮਿਲੀ ਵਿੱਚ ਕੋਈ ਹੋਏ, ਰਿਸ਼ਤੇਦਾਰੀ 'ਚ ਹੋਏ, ਤਾਂ ਤੁਸੀਂ ਉਹਨੂੰ ਇੱਥੇ ਰੈਫਰ ਕਰ ਸਕਦੇ ਹੋ, ਕਿਉਂਕਿ ਉਹਦੇ ਇਹਨਾਂ ਕੇਸਿਸ ਦੇ ਵਿੱਚ ਕੋਈ ਟੈਸਟ ਇਨਵੈਸਟੀਗੇਸ਼ਨ ਨਹੀਂ ਹੁੰਦੀ। ਕੋਈ ਇਨਵੈਸਟੀਗੇਟ ਕਰਕੇ ਨਹੀਂ ਪਤਾ ਲੱਗ ਸਕਦਾ ਕਿ ਹਾਂ ਇਹਨੂੰ ਟੈਸਟ ਕਰ ਲਿਆ ਤਾਂ ਇਹਨੂੰ ਡਿਪਰੈਸ਼ਨ ਨਿਕਲਿਆ ਜਾਂ ਮੈਨੀਆ ਨਿਕਲਿਆ ਹੈ। ਸਿਰਫ ਐਨਾਲਾਈਜ਼ ਕਰਨਾ, ਪੇਸ਼ੈਂਟ ਨੂੰ ਇੰਟਰਵਿਊ ਕਰਨਾ, ਪੇਸ਼ੈਂਟ ਦੀ ਹਿਸਟਰੀ ਲੈਣੀ, ਐਗਜ਼ਾਮੀਨੇਸ਼ਨ ਕਰਨਾ, ਮੈਂਟਲ ਸਟੇਟਸ ਐਗਜ਼ਾਮੀਨੇਸ਼ਨ ਆਮ ਤੌਰ 'ਤੇ ਅਸੀਂ ਕਰਦੇ ਹਾਂ। ਜੇ ਤੁਹਾਨੂੰ ਦੁਬਾਰਾ ਇੱਥੇ ਭੇਜਿਆ ਜਾਂਦਾ, ਤੁਹਾਡੇ ਕੋਲ ਟਾਈਮ ਮਿਲਦਾ, ਤਾਂ ਤੁਹਾਨੂੰ ਨੈਕਸਟ ਟਾਈਮ ਮੈਂਟਲ ਸਟੇਟ ਐਗਜ਼ਾਮੀਨੇਸ਼ਨ ਦੱਸਾਂਗੇ ਕਿ ਉਹਦੇ 'ਚ ਵਿੱਚ ਕੀ ਕਰਦੇ ਹਾਂ। ਮੈਂਟਲ ਬੜਾ ਸਿੰਪਲ ਜਿਹਾ ਟੂਲ ਹੈ ਇੱਕ, ਕਿ ਜਿਹਦੇ ਵਿੱਚ ਤੁਸੀਂ ਆਪਣੇ ਉੱਥੇ ਬੈਠ ਕੇ ਤੁਸੀਂ ਪੇਸ਼ੈਂਟਸ ਨੂੰ ਅਸੈਸ ਕਰਨਾ, ਪੇਸ਼ੈਂਟ ਨੂੰ ਅਸੈਸਮੈਂਟ ਕਰਕੇ ਤਾਂ ਉਹ ਤੋਂ ਤੁਸੀਂ ਫਾਈਂਡ ਆਊਟ ਕਰ ਸਕਦੇ ਕਿਉਂਕਿ ਸਾਈਕੈਟ੍ਰਿਕ ਪ੍ਰੋਬਲਮ ਹੈ ਪੇਸ਼ੈਂਟ ਨੂੰ। ਹਾਂਜੀ, ਕਿਸੇ ਦਾ ਕੋਈ ਕੁਐਸਚਨ, ਕੋਈ ਸਵਾਲ, ਕੋਈ ਕਨਫਿਊਜ਼ ਜ਼ਰੂਰੀ ਨਹੀਂ। ਟੂ ਟਾਈਮਸ ਹੋ ਗਏ, ਉਹਦੇ ਵਾਸਤੇ ਹੋਈ ਨਾ ਕਿ ਪਹਿਲਾਂ ਸਭ ਤੋਂ ਪਹਿਲਾਂ ਤਾਂ ਕੋਜ਼ ਫਾਈਂਡ ਆਊਟ ਕਰਨਾ ਜ਼ਰੂਰੀ ਹੁੰਦਾ ਕਿ ਕਿਸੇ ਤਰ੍ਹਾਂ ਦਾ ਕੋਈ ਕੋਜ਼ ਤਾਂ ਨਹੀਂ ਹੈ ਇਹਦੇ ਵਿੱਚ। ਜੇ ਤਾਂ ਕੋਜ਼ ਨਹੀਂ ਹੈ ਕੋਈ ਇਡੀਓਪੈਥਿਕ ਹੈ, ਤਾਂ ਇਹਦਾ ਮਤਲਬ ਕਿ ਨਿਊਰੋਨ ਜਿਹੜਾ ਕੋਈ ਡੈਮੇਜ ਹੋਇਆ ਹੈ, ਠੀਕ ਹੈ। ਉਹਦੇ ਵਾਸਤੇ ਕੋਈ ਐਸਾ ਤਿੰਨ, ਆਮ ਤੌਰ 'ਤੇ ਅਸੀਂ ਕਹਿ ਦਿੰਦੇ ਕਿ 3 ਸਾਲ ਦਵਾਈ ਚੱਲਣੀ ਹੈ, 3 ਸਾਲ। ਕਾਫੀ ਲੋਕ ਇਸ ਤਰ੍ਹਾਂ ਦਾ ਕਲੇਮ ਕਰਦੇ ਕਿ 3 ਸਾਲ ਦਵਾਈ ਚਲਾਉਣੀ ਹੈ, 3 ਸਾਲ। 3 ਸਾਲ ਦਾ ਪੀਰੀਅਡ ਐਸ ਸੱਚ ਕੋਈ ਕ੍ਰਾਈਟੀਰੀਆ ਨਹੀਂ ਹੈ। 3 ਸਾਲ ਦਾ ਪੀਰੀਅਡ ਇਸ ਕਰਕੇ ਫਿਕਸ ਕੀਤਾ ਗਿਆ ਕਿ ਜਿਹੜੇ ਨਰਵ ਸੈਲਸ ਹੈ, ਨਰਵਸ ਹੈ ਜਿਹੜੀਆਂ ਬ੍ਰੇਨ ਦੇ ਵਿੱਚ, ਉਹ ਆਪਣੇ ਆਪ ਹੀਲਿੰਗ ਪਾਵਰ ਰੱਖਦੀਆਂ, ਉਹ ਆਪਣੇ ਆਪ ਹੀਲ ਹੁੰਦੇ ਆ। ਉਹਨਾਂ ਨੂੰ ਕੁਝ ਕਰਨਾ ਨਹੀਂ ਪੈਂਦਾ ਕਿ ਅਸੀਂ ਬਾਹਰੋਂ ਕੁਝ ਕਰਕੇ ਤਾਂ ਹੀਲ ਕਰਨਾ, ਉਹਨਾਂ ਨੇ ਆਪਣੇ ਆਪ ਠੀਕ ਹੋਣਾ। ਔਰ ਉਹਦੇ ਵਾਸਤੇ ਇੱਕ ਟਾਈਮ ਪੀਰੀਅਡ ਜਿਹੜਾ ਇੱਕ ਮੈਕਸੀਮਮ ਐਕਸਟ੍ਰੀਮ ਰੱਖ ਲਈ ਗਈ ਕਿ 3 ਸਾਲ, 2.5 ਸਾਲ ਦੇ ਵਿੱਚ ਵਿੱਚ ਕੋਈ ਵੀ ਨਰਵ, ਜਿਹੜੀ ਨਰਵ ਹੈ ਜਾਂ ਨਿਊਰੋਨ ਹੈ ਡੈਮੇਜ ਹੋਇਆ ਹੋਇਆ, ਉਹ ਠੀਕ ਹੋ ਜਾਣਾ, ਉਹਨੇ ਹੀਲ ਹੋ ਜਾਣਾ ਆਪਣੇ ਆਪ। ਸੋ ਇਸ ਕਰਕੇ ਆਮ ਤੌਰ 'ਤੇ ਅਸੀਂ ਰੱਖ ਲੈਂਦੇ ਕਿ 3 ਸਾਲ ਦਵਾਈ ਚੱਲਣੀ ਹੈ। ਉਸ ਤੋਂ ਬਾਅਦ ਬੰਦ ਕਰਨ ਦਾ ਕ੍ਰਾਈਟੀਰੀਆ ਇਸ ਤਰ੍ਹਾਂ ਨਹੀਂ ਹੈ ਕਿ ਬੰਦ ਕਰ ਦਿੱਤੀ ਦਵਾਈ, 3 ਸਾਲ ਚੱਲੀ ਤਾਂ 3 ਦਾ ਤੀਸਰਾ ਅੱਜ 3 ਸਾਲ ਪੂਰੇ ਹੋ ਗਏ ਹੈ ਤਾਂ ਅੱਜ ਦਵਾਈ ਬੰਦ ਕਰ ਦਿੰਦੇ, ਨਹੀਂ ਇੱਦਾਂ ਨਹੀਂ ਹੁੰਦਾ। ਉਸ ਤੋਂ ਬਾਅਦ ਪ੍ਰੋਪਰ ਵੇ ਨਾਲ ਪੇਸ਼ੈਂਟ ਦੀ EEG ਕਰਵਾਉਣੀ, EEG ਵੀ ਨੋਰਮਲ ਆ ਰਹੀ ਹੈ ਫਿਰ ਡੋਜ਼ ਡਿਕਰੀਜ਼ ਕਰਕੇ ਦੇਖ ਲੈਣੀ, ਫਿਰ EEG ਕਰਾ ਲਈ, ਫਿਰ ਡੋਜ਼ ਡਿਕਰੀਜ਼ ਕਰ ਲਈ। ਜੇ ਦੁਬਾਰਾ ਤੋਂ ਫਿਰ ਕੋਈ ਕਿਸੇ ਤਰ੍ਹਾਂ ਦੀ EEG 'ਚ ਨੋਰਮੈਲਿਟੀ ਨਹੀਂ ਆਉਂਦੀ, ਫਿਰ ਮੈਡੀਸਨ ਬੰਦ ਕੀਤੀ। ਪਰ ਇੱਕ ਕੰਡੀਸ਼ਨ ਰੱਖ ਕੇ ਕਿ ਜੇ ਦੁਬਾਰਾ ਇਸ ਤਰ੍ਹਾਂ ਕੁਛ ਇੱਕ ਚੀਜ਼ਾਂ ਅਵੋਇਡ ਕਰਨ ਵਾਸਤੇ ਹੁੰਦੀਆਂ ਕਿ ਰਾਤ ਨੀਂਦ ਪੂਰੀ ਹੋਣੀ ਚਾਹੀਦੀ ਹੈ, ਕਿਉਂਕਿ ਬਹੁਤ ਸਾਰੇ ਕੇਸਿਸ ਵਿੱਚ ਇਸ ਕਰਕੇ ਐਪੀਲੈਪਟਿਕ ਫਿਟ ਪੈ ਜਾਂਦਾ ਕਿ ਬੱਚਾ ਰਾਤ ਨੂੰ ਸੁੱਤਾ ਹੀ ਨਹੀਂ, ਸਾਰੀ ਰਾਤ ਜਗਰਾਤੇ 'ਤੇ ਫਿਰਦਾ ਰਿਹਾ ਜਾਂ ਸਾਰੀ ਰਾਤ TV ਦੇਖਦਾ ਰਿਹਾ, ਠੀਕ। ਉਹਨਾਂ ਕੇਸਿਸ ਦੇ ਵਿੱਚ ਜਾਂ ਜ਼ਿਆਦਾ TV ਦੇਖਣਾ, ਜ਼ਿਆਦਾ ਮੋਬਾਈਲ ਦੇਖਣਾ, ਜ਼ਿਆਦਾ ਫਲੈਸ਼ਿੰਗ ਲਾਈਟਸ ਜਿਹੜੀਆਂ ਉਹ ਸਟ੍ਰੈਸ ਇੰਡਿਊਸਡ ਵੀ ਐਪੀਲੈਪਸੀ ਹੋ ਸਕਦੀ ਹੈ, ਠੀਕ। ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਹੁੰਦਾ ਕਿ ਰਾਤ ਨੂੰ ਨੀਂਦ ਪੂਰੀ ਹੋਣੀ ਬਹੁਤ ਜ਼ਰੂਰੀ ਹੈ, ਰਾਤ ਦੀ ਨੀਂਦ, ਔਰ TV ਘੱਟ ਦੇਖਣਾ, ਫਲੈਸ਼ਿੰਗ ਲਾਈਟਸ ਜਿਹੜੀਆਂ ਉਹਨਾਂ ਉਹ ਅਵੋਇਡ ਕਰਨੀ ਹੈ, ਹਾਈ ਜਿਹੜੀ ਬਹੁਤ ਵਾਲੀਊਮ ਵਾਲੀ ਸਾਊਂਡ ਹੈ ਉਹ ਅਵੋਇਡ ਕਰਨੀ, ਠੀਕ। ਇਹਨਾਂ ਪ੍ਰੀਕੋਸ਼ਨਸ ਲੈਣੀਆਂ ਜ਼ਰੂਰੀ, ਠੀਕ ਹੈ ਜੀ। ਹੋਰ ਕੁਛ?